ਪਰ ਕਿਤੇ ਨਾ ਕਿਤੇ ਅੱਜ ਜੋ ਲੋਕਾਂ ਦੀ ਪਸੰਦ ਹੈ ਜੀ, ਉਹ ਲੋਕਾਂ ਦੀ ਪਸੰਦ ਜੋ ਆਮ ਆਦਮੀ ਪਾਰਟੀ ਨੇ ਚੂਜ਼ ਕੀਤੀ ਹੈ, ਸਾਡੇ ਸੁਸ਼ੀਲ ਰਿੰਕੂ ਜੀ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤਾ, ਲੋਕਾਂ ਦਾ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਅੱਛਾ, ਤੁਸੀਂ ਲੋਕਾਂ ਦੀ ਪਸੰਦ ਕਿਵੇਂ ਕਰਦੇ ਹੋ? ਕਿਉਂਕਿ ਇੱਕ ਦਿਨ ਪਹਿਲਾਂ ਤਾਂ ਜੁਆਇਨ ਕਰਦੇ ਆ, ਦੂਸਰੇ ਦਿਨ ਟਿਕਟ ਅਨਾਊਂਸ ਹੋ ਜਾਂਦੀ ਹੈ, ਫਿਰ ਲੋਕਾਂ ਨੂੰ ਪੁੱਛਦੇ ਸੀ ਕਿ ਅਸੀਂ ਸੁਸ਼ੀਲ ਰਿੰਕੂ ਨੂੰ ਨਹੀਂ ਨਹੀਂ ਇਸ। ਅੱਜ ਜੇ ਤੁਸੀਂ ਸੰਗਰੂਰ ਦੀ ਗੱਲ ਕਰਦੇ ਹੋ, ਸੰਗਰੂਰ ਪਾਰਟੀ ਸੀ, ਅਸੀਂ 5-6 ਹਜ਼ਾਰ ਵੋਟ 'ਤੇ ਹਰੇ ਸੀ ਸ਼ਾਦੀ, ਇੰਨੇ ਕਿਤੇ ਛੋਟੇ ਛੋਟੇ ਜਿਹੇ ਮਾਰਜਨ 'ਤੇ ਜੀਤ ਹਰੇ ਹਾਂ, ਪਰ ਸਾਰੀਆਂ ਪਾਰਟੀਆਂ ਦੇ ਗ੍ਰਾਫ ਕਿੱਥੇ ਗਏ? ਅਕਾਲੀ ਦਲ ਦਾ ਗ੍ਰਾਫ ਕਿੱਥੇ ਗਿਆ? ਬੀਜੇਪੀ ਦਾ ਗ੍ਰਾਫ ਕਿੱਥੇ ਗਿਆ? ਕਾਂਗਰਸ ਦਾ ਗ੍ਰਾਫ ਕਿੱਥੇ ਗਿਆ? ਤੁਹਾਡੇ ਆਪਣੇ MLA ਜਿਹੜੇ ਅੰਮ੍ਰਿਤਸਰ ਤੋਂ ਨੇ, ਉਹ ਵੀ ਕਹਿੰਦੇ ਕਹਿੰਦੇ ਜੀ ਮੈਂ ਤਾਂ ਲਿਖ ਕੇ ਦੇ ਦੇਣਾ ਇਨਸਾਫ ਮਿਲਣਾ ਹੀ। ਕਿ ਸਾਡੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਜਾਂ ਦੂਸਰੇ ਹੋਰ ਕੈਂਡੀਡੇਟ ਸੀਗੇ, ਉਹ ਅੰਦਰ ਹਾਊਸ 'ਚ ਜਾਣ ਤੋਂ ਪਹਿਲਾਂ ਦੇਖਦੇ ਸੀਗੇ ਮਾਨ ਸਾਹਿਬ ਦੀ ਐਂਟਰੀ ਪਈ ਹੋਈ ਹੈ, ਜੇ ਮਾਨ ਸਾਹਿਬ ਦੀ ਐਂਟਰੀ ਪਈ ਹੁੰਦੀ ਤਾਂ ਵਾਪਸ ਆ ਜਾਂਦੇ ਸੀਗੇ ਕਿ ਮਾਨ ਸਾਹਿਬ ਨੇ ਅੰਦਰ ਘੇਰ ਲੈਣਾ। ਜਿਹੜੇ ਪਾਰਟੀਆਂ ਆਪਣੇ ਆਪ ਨੂੰ 5 ਸਾਲ ਰਾਜ ਕਰ ਗਈਆਂ ਕਹਿੰਦੀਆਂ ਸੀ ਅਸੀਂ ਬਾਦਲਾਂ ਨੂੰ ਅੰਦਰ ਕਰਾਂਗੇ, ਬਾਦਲਾਂ 'ਤੇ ਕੇਸ ਪਾਵਾਂਗੇ, ਆਹ ਫਲਾਣਾ, ਐਂਡ ਤੱਕ ਜਾਂਦੇ ਸੀਗੇ, ਕਿੱਥੇ ਗਏ 5 ਸਾਲ? 5 ਸਾਲ ਨਿਕਲ ਗਏ ਨਾ, ਕੁਛ ਨਹੀਂ ਹੋਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਅਤੇ ਬੜੇ ਸਾਰੇ ਸਵਾਲ ਉਸ ਪਾਰਟੀ ਨੂੰ ਕਰਨੇ ਬਣਦੇ ਨੇ ਜਿਹਦੀ ਸੱਤਾ ਦੇ ਵਿੱਚ ਧੋਤੀ ਬੋਲਦੀ ਹੋਵੇ। ਫਿਲਹਾਲ ਮੇਰੇ ਨਾਲ ਉਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਦਨ ਲਾਲ ਹੁਣੀ ਜੀ, ਮਦਨ ਲਾਲ ਬੱਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੁਧਿਆਣਾ ਤੁਹਾਡਾ ਏਰੀਆ? ਹਾਂ ਬਿਲਕੁਲ। ਹੁਣ ਪੰਜਾਬ ਦੇ ਵਿੱਚ ਜਾਂ ਜਲੰਧਰ ਦੀ ਕਹਿ ਲਈਏ ਕਿ ਜਲੰਧਰ ਦੀ ਜ਼ਿਮਨੀ ਚੋਣ ਹੈ, ਪਹਿਲਾਂ ਤਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਕੈਂਡੀਡੇਟ ਹੈ, ਕਿਉਂਕਿ ਉਹ ਕਾਂਗਰਸ ਨੂੰ ਛੱਡ ਤੁਹਾਡਾ ਪੱਲਾ ਫੜਿਆ ਉਹਨੇ, ਕਿੱਦਾਂ ਦਾ ਰਿਸਪੋਂਸ ਦੇਖਦੇ ਹੋ ਤੁਸੀਂ ਹਲਕੇ ਦੇ ਵਿੱਚ ਵਿਚਰ ਰਹੇ ਹੋ? ਨਹੀਂ, ਐਕਚੁਲੀ ਮੈਂ ਹਲਕੇ 'ਚ ਘੁੰਮਿਆ, ਕੱਲ੍ਹ ਵੀ 2-3 ਦਿਨ ਲਗਾਏ ਨੇ, ਅੱਜ ਵੀ ਮੈਂ ਆਪਣੇ ਕਰਤਾਰਪੁਰ ਹਲਕੇ ਦੇ ਵਿੱਚ 2-3 ਮੀਟਿੰਗਾਂ ਕਰਕੇ ਆਇਆ, ਬਹੁਤ ਵਧੀਆ ਰਿਸਪੋਂਸ ਆਇਆ ਔਰ ਲੋਕ ਅੱਛੀ ਛਵੀ ਵਾਲੇ ਲੋਕ ਨੂੰ ਪਸੰਦ ਕਰਦੇ ਨੇ। ਜਿਸ ਤਰ੍ਹਾਂ ਇੱਕ ਸਾਲ ਪਹਿਲਾਂ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ, ਔਰ ਕਈ ਕਿਤੇ ਨਾ ਕਿਤੇ ਕਈ ਚਿਹਰੇ ਐਸੇ ਸੀਗੇ ਜਿਹੜੇ ਕਾਂਗਰਸ ਦੀ ਟਿਕਟ ਤੋਂ ਲੜ ਰਹੇ ਸੀ, ਉਹ ਰਹਿ ਗਏ, ਪਰ ਕਿਤੇ ਨਾ ਕਿਤੇ ਅੱਜ ਜੋ ਲੋਕਾਂ ਦੀ ਪਸੰਦ ਹੈ ਜੀ, ਉਹ ਲੋਕਾਂ ਦੀ ਪਸੰਦ ਜੋ ਆਮ ਆਦਮੀ ਪਾਰਟੀ ਨੇ ਚੂਜ਼ ਕੀਤੀ ਹੈ, ਸਾਡੇ ਸੁਸ਼ੀਲ ਰਿੰਕੂ ਜੀ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤਾ, ਲੋਕਾਂ ਦਾ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ, ਔਰ ਮੈਂ ਸਮਝਦਾ ਕਿ ਅੱਛੀ ਅੱਛੇ ਮਾਰਜਨ ਦੇ ਨਾਲ ਇਹ ਸੀਟ ਨਿਕਲੇਗੀ। ਚਲੋ, ਹੋਪ ਫੋਰ ਦੀ ਬੈਸਟ। ਥੈਂਕ ਯੂ। ਅੱਛਾ, ਮੈਂ ਅੱਜ ਹੀ ਸੁਣ ਰਿਹਾ ਸੀਗਾ CM ਮਾਨ ਸਾਹਿਬ ਨੂੰ, ਕਿਉਂਕਿ ਅੱਜ ਟੋਲ ਫਰੀ ਕੀਤਾ ਇੱਕ ਹੋਰ ਉਹਨਾਂ ਨੇ, ਉਹ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਦਾ ਨਾਮ ਲੈ ਰਹੇ ਸੀ, ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਗੱਲ ਕੀਤੀ, ਕਹਿੰਦੇ ਜੀ ਇਹਨਾਂ ਨੂੰ ਪ੍ਰੋਬਲਮ ਸਾਡੇ ਤੋਂ ਇਹ ਆ, ਇਹ ਨਹੀਂ ਪ੍ਰੋਬਲਮ ਵੀ ਅਸੀਂ ਆਪ ਸੱਤਾ 'ਚ ਆ ਗਏ, ਪ੍ਰੋਬਲਮ ਇਹ ਆ, ਉਹ ਕਹਿੰਦੇ ਵੀ ਆਮ ਘਰਾਂ ਦੇ ਮੁੰਡੇ ਕੁੜੀਆਂ ਉਸ ਸੀਟ 'ਤੇ ਆ ਗਏ ਜਿਹੜੀਆਂ ਇਹਨਾਂ ਦੀਆਂ ਸੀਟਾਂ ਸੀ, ਫਿਰ ਜਲੰਧਰ 'ਚ ਤੁਹਾਨੂੰ ਕੋਈ ਆਮ ਚਿਹਰਾ ਨਹੀਂ ਮਿਲਿਆ? ਨਹੀਂ, ਐਸੀ ਗੱਲ ਨਹੀਂ ਹੈ, ਆਮ ਚਿਹਰੇ ਸਾਡੇ ਕੋਲ ਹੈਗੇ ਵੀ ਸੀਗੇ, ਚਿਹਰੇ ਹੈ ਵੀ ਨੇ, ਔਰ ਕਿਤੇ ਨਾ ਕਿਤੇ ਇਹ ਜਿਹੜਾ 2022 ਇਲੈਕਸ਼ਨ ਹੈ ਇਹਦੇ ਵਿੱਚ ਪ੍ਰੈਕਟੀਕਲੀ ਬੰਦਾ ਚੂਜ਼ ਕੀਤਾ ਹੈ, ਔਰ ਤਕਰੀਬਨ ਲੋਕਾਂ ਦੀ ਪਸੰਦ ਹੈ। ਉਸ ਤੋਂ ਪਹਿਲਾਂ 1-2 ਹਫ਼ਤੇ ਪਾਰਟੀ ਨੇ ਸਰਵੇ ਵੀ ਕੀਤਾ ਆਪਣੇ ਤੌਰ 'ਤੇ, ਲੋਕਾਂ ਦੀ ਬਹੁਤ ਵਧੀਆ ਪਸੰਦ ਰਹੀ ਹੈ। ਅੱਛਾ, ਤੁਸੀਂ ਲੋਕਾਂ ਦੀ ਪਸੰਦ ਕਿਵੇਂ ਕਰਦੇ ਹੋ? ਕਿਉਂਕਿ ਇੱਕ ਦਿਨ ਪਹਿਲਾਂ ਤਾਂ ਜੁਆਇਨ ਕਰਦੇ ਆ, ਦੂਸਰੇ ਦਿਨ ਟਿਕਟ ਅਨਾਊਂਸ ਹੋ ਜਾਂਦੀ ਹੈ, ਫਿਰ ਲੋਕਾਂ ਨੂੰ ਪੁੱਛਦੇ ਸੀ ਵੀ ਅਸੀਂ ਸੁਸ਼ੀਲ ਰਿੰਕੂ ਨੂੰ? ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਸਾਡੀ ਪਿਕਚਰ 'ਚ ਕੋਈ ਬੰਦਾ ਆ ਜਾਂਦਾ, ਸਾਡੇ ਪਤਾ ਲੱਗ ਜਾਂਦਾ ਵੀ ਇਹ ਪਾਰਟੀ ਦੇ ਵਿੱਚ ਆਪਾਂ ਨੂੰ ਲੈਣਾ ਹੈ ਜਾਂ ਪਾਰਟੀ ਨੂੰ ਜੁਆਇਨ ਕਰਾਉਣਾ, ਅਸੀਂ ਉਹਨੂੰ ਜੁਆਇਨ ਕਰਾਉਣ ਤੋਂ ਪਹਿਲਾਂ ਸਾਰਾ ਸਾਡੀ ਪਾਰਟੀ ਦਾ ਜਿਹੜਾ ਨੈਸ਼ਨਲ ਪਾਰਟੀ ਸਾਡੀ ਬਣ ਗਈ, ਉਸ ਕਰਕੇ ਸਾਨੂੰ ਥੋੜ੍ਹਾ ਜਿਹਾ ਜਿਹੜੇ ਸਾਡੀ ਪਾਰਟੀ ਦੇ ਸੁਪਰੀਮ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ, ਉਹਨਾਂ ਦੀ ਇੱਕ ਸੋਚ ਹੁੰਦੀ ਹੈ ਕਿ ਅਸੀਂ ਪਬਲਿਕ 'ਚ ਬੰਦਾ ਲਈਏ, ਪਬਲਿਕ ਦੀ ਸੋਚ ਵਾਲਾ ਬੰਦਾ ਲਈਏ, ਪਬਲਿਕ ਦੀ ਪਸੰਦ ਬੰਦਾ ਲਈਏ। ਮੈਂ ਤੁਹਾਨੂੰ ਹਾਸੇ ਦੀ ਗੱਲ ਸਮਾਂ, ਜਦੋਂ ਮੈਂ ਟਿਕਟ ਲੈਣ ਵਾਸਤੇ ਪਾਰਟੀ ਜੁਆਇਨ ਕੀਤੀ ਸੀਗੀ, ਅਤੇ ਮੈਂ 1 ਮਹੀਨਾ ਪਹਿਲੇ ਜਦੋਂ ਮੇਰੇ ਨਾਲ ਮੀਟਿੰਗ ਹੋਈ, ਅਤੇ ਮੈਂ 1 ਮਿੰਟ ਦਾ ਟਾਈਮ ਮੰਗਿਆ, ਮੈਨੂੰ ਕਹਿੰਦੇ ਕੋਈ ਗੱਲ ਨਹੀਂ, ਉਹਨਾਂ ਨੇ 1 ਮਿੰਟ 'ਚ ਮੇਰਾ ਥੋਰਲੀ ਟੋਟਲੀ ਜਿਹੜੇ ਮੇਰੇ ਅੰਗੇ ਸਿਲੈਕਸ਼ਨ ਲੜੇ ਜਾਂ ਮੇਰੇ ਅੰਗੇ ਹੋਰ ਕੈਂਡੀਡੇਟ ਸੀਗੇ, ਉਹ ਸਾਰਿਆਂ ਸਰਵੇ ਕਰਾਇਆ, 4-5 ਵਾਰੀ ਸਰਵੇ ਹੋ ਕੇ
ਫਿਰ ਲਾਸਟ ਮੂਮੈਂਟ 'ਤੇ ਟਿਕਟ ਦਿੱਤੀ ਗਈ। ਇਸ ਤਰ੍ਹਾਂ ਹੀ ਜੇ ਆਪਾਂ ਸੋਚੀਏ ਕਿ ਰਿੰਕੂ ਅੱਜ ਆ ਗਏ, ਰਿੰਕੂ ਨੂੰ ਅੱਜ ਜੁਆਇਨ ਕਰਾ ਲਿਆ, ਇਹ ਤਕਰੀਬਨ ਘੱਟ ਤੋਂ ਘੱਟ 15-15 ਦਿਨ ਦਾ ਪ੍ਰੋਸੈਸ ਹੈ, 20 ਦਿਨ ਦਾ ਪ੍ਰੋਸੈਸ ਹੈ ਜਿਹੜਾ ਚੱਲਿਆ ਹੋਏਗਾ, ਜਿਸ ਪਾਰਟੀ ਨੇ ਇੱਕ ਬਹੁਤ ਵੱਡੀ ਨੁਮਾਇੰਦਗੀ, ਪੰਜਾਬ ਦੀ ਨੁਮਾਇੰਦਗੀ ਪਾਰਲੀਮੈਂਟ ਹਾਊਸ ਭੇਜਣ ਵਾਸਤੇ, ਉਹ ਛੋਟੀ ਜਿਹੀ ਗੱਲ ਨਹੀਂ ਹੁੰਦੀ। ਰਿੰਕੂ ਜੀ ਸੁਸ਼ੀਲ ਜੀ ਬਹੁਤ ਸਾਫ ਛਵੀ ਵਾਲੇ ਪਾਰਟੀ ਨੇ ਪਸੰਦ ਕਰਕੇ ਲਏ ਹੈ। ਇੱਕ ਦਿਨ ਦਾ ਮੈਟਰ ਨਹੀਂ ਸੀ ਇਹ, ਤਕਰੀਬਨ 10-15 ਦਿਨ ਸਰਵੇ ਕਰਨ ਤੋਂ ਬਾਅਦ ਹੀ ਅਸੀਂ ਜੁਆਇਨ ਕਰਾਇਆ ਜੀ। ਸੋ ਇੰਨਾ ਸਰਵੇ ਕਿ ਤੁਹਾਨੂੰ ਦੂਸਰੀ ਪਾਰਟੀ ਦਾ ਕੈਂਡੀਡੇਟ ਤੁਹਾਡੇ ਜਿਹੜੇ ਕਾਮੇ ਆ, ਕਿਉਂਕਿ ਮੈਂ ਕਿਤੇ ਸੁਣ ਰਿਹਾ ਸੀ ਕਿ ਕਹਿੰਦੇ ਵੀ ਜਿਹੜੇ ਵਰਕਰ ਨੇ ਉਹ ਸਿਰਫ ਅਤੇ ਸਿਰਫ ਅੱਗੇ ਅੱਗੇ ਤੁਰਨ ਲਈ ਜਾਂ ਗੱਡੀਆਂ 'ਚ ਤੇਲ ਫੂਕਣ ਲਈ ਰਹਿ ਜਾਂਦੇ ਨੇ, ਜਿਹੜੇ ਟਿਕਟਾਂ ਨੇ ਜਾਂ ਕੈਂਡੀਡੇਟ ਨੇ ਉਹ ਹੋਰ ਪਾਰਟੀ ਤੋਂ ਆਏ ਹੋਏ ਚਿਹਰੇ ਬਣ ਜਾਂਦੇ ਨੇ? ਨਹੀਂ, ਐਸੀ ਗੱਲ ਨਹੀਂ ਹੈ। ਹੁਣ ਦੇਖੋ ਨਾ ਤੁਸੀਂ, ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਈਆਂ, ਜਦੋਂ ਆਮ ਆਦਮੀ ਪਾਰਟੀ ਅਸੀਂ ਇਲੈਕਸ਼ਨ ਲੜਨ ਲੱਗੇ ਸੀਗੇ ਪੰਜਾਬ ਦੇ 117 ਸੀਟਾਂ 'ਤੇ, ਅਤੇ ਜਿਹੜੇ ਪਹਿਲੇ ਵਲੰਟੀਅਰ ਸੀਗੇ ਜਿਨ੍ਹਾਂ ਨੇ 17 'ਚ ਜਿਨ੍ਹਾਂ ਨੇ 14 'ਚ ਪਾਰਟੀ ਦੀ ਵਾਸਤੇ ਵਰਕ ਕੀਤਾ ਸੀਗਾ, ਜਦੋਂ 17 'ਚ ਇਲੈਕਸ਼ਨ ਹੋਇਆ ਪਾਰਟੀ ਸੈਕਿੰਡ ਨੰਬਰ 'ਤੇ ਆਈ, 22 ਸੀਟਾਂ ਮਿਲੀਆਂ, ਉਸ ਵੇਲੇ ਵੀ ਜਿਹੜੇ ਵਰਕਰ ਦੇ ਵਿੱਚ ਨਮੋਸ਼ੀ ਹੋਈ ਸੀ, ਅਸੀਂ ਉਸ ਪਾਰਟੀ 'ਚ ਜੁਆਇਨ ਨਹੀਂ ਸੀ ਕੀਤੀ, ਸੁਣਦੇ ਸੀਗੇ ਕਿ ਪਾਰਟੀ ਦੇ ਜਿਹੜੇ ਵਰਕਰ ਜਿਹੜੇ ਪਾਰਟੀ ਨੂੰ ਖਿੱਚਣ ਵਾਲੇ ਸੀ ਉਹਨਾਂ ਦੇ ਵਿੱਚ ਨਮੋਸ਼ੀ ਆਈ ਕਿ ਸਾਨੂੰ ਟਿਕਟ ਨਹੀਂ ਮਿਲੀਆਂ, ਅਸੀਂ ਵਰਕ ਕਰਦੇ ਰਹਿ ਗਏ। ਪਰ 17 ਜਦੋਂ ਹਾਰ ਹੋਈ 22 ਦਾ ਇਲੈਕਸ਼ਨ ਹੋਣ ਤੋਂ ਬਾਅਦ, ਪਾਰਟੀ ਨੇ ਥੋਰਲੀ ਥੱਲੇ ਤੱਕ ਥੱਲੇ ਲੈਵਲ 'ਤੇ ਜਾ ਕੇ ਸਰਵੇ ਕਰਨ ਤੋਂ ਬਾਅਦ ਫਿਰ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾਈ ਬੰਦਿਆਂ ਦੀ। ਕੁਛ ਪ੍ਰੈਕਟੀਕਲ ਬੰਦੇ ਵੀ ਚਾਹੀਦੇ ਨੇ, ਜਿਹੜੇ ਪ੍ਰੈਕਟੀਕਲ ਬੰਦੇ ਥੋੜ੍ਹੇ ਬੋਲੇ ਬੇਸ ਦੇ ਹੋਣ। 17 ਵਾਲੇ ਤੋਂ ਬਾਅਦ 22 ਵਾਲਾ ਇਲੈਕਸ਼ਨ ਹੋਇਆ, 22 'ਚ 92 ਸੀਟਾਂ ਸਾਨੂੰ ਆਈਆਂ। ਅੱਛਾ, ਪਰ ਮੈਂ ਥੋੜ੍ਹਾ ਤੁਹਾਨੂੰ ਕਲੀਅਰ ਕਰਦਾ ਜਾਵਾਂ, 92 ਆਈਆਂ। ਅੱਜ ਜਿਹੜੇ ਸਾਰੇ ਵਲੰਟੀਅਰ ਸੀਗੇ ਜਿਨ੍ਹਾਂ ਨੇ ਪਾਰਟੀ ਨੂੰ ਸਿੱਚਿਆ, ਜਿੱਥੇ ਪਾਰਟੀ ਖੜ੍ਹੇ, ਅੱਜ ਸਾਰੇ ਹੀ ਚੇਅਰਮੈਨ ਲੱਗੇ ਆ, ਨਾ ਕਿ ਸਾਡੇ ਜਿਹੜੇ ਅਸੀਂ ਜੁਆਇਨ ਹੋਏ ਜਾਂ ਸਾਡੇ ਨਾਲ ਬੰਦੇ ਜੁਆਇਨ ਹੋਏ ਅਸੀਂ ਐਮਐਲਏ ਬਣ ਗਏ, ਔਰ ਕਿਸੇ ਨੂੰ ਕੋਈ ਐਸਾ ਨਹੀਂ ਹੋਇਆ। ਪਰ ਪੁਰਾਣੇ ਵਲੰਟੀਅਰ ਨੂੰ ਤੁਸੀਂ, ਜਿੰਨੀਆਂ ਪੰਜਾਬ ਚੇਅਰਮੈਨ ਹੋਈਆਂ ਨੇ ਸਾਰੇ, ਜਿਨ੍ਹਾਂ ਨੇ ਵਰਕ ਕੀਤਾ ਪਾਰਟੀ ਵਾਸਤੇ, ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਕੀਤਾ, ਜਿਨ੍ਹਾਂ ਨੇ ਪਾਰਟੀ ਵਾਸਤੇ ਜਾਨ ਵਾਰੀ ਹੈ, ਉਹ ਸਾਰੇ ਚੇਅਰਮੈਨ ਤੱਕ ਸੀਮਤ ਕਰ ਲਿਆ ਤੇ ਦੂਸਰੇ ਪਾਰਟੀ 'ਚ ਆਇਆ ਉਹਨੂੰ ਐਮਪੀ ਤੇ ਐਮਐਲਏ? ਨਹੀਂ ਨਹੀਂ, ਚੇਅਰਮੈਨ ਵਾਸਤੇ ਸੀਮਤ, ਚੇਅਰਮੈਨ ਇੱਕ ਬਹੁਤ ਵੱਡੇ ਆਕਾਰ ਦੇ ਵਿੱਚ ਚੇਅਰਮੈਨ ਲੈ ਦਿੱਤੀਆਂ ਉਹਨੂੰ। ਠੀਕ ਹੈ, ਅੱਛਾ ਆਪਾਂ ਸੁਸ਼ੀਲ ਰਿੰਕੂ ਤੋਂ ਥੋੜ੍ਹਾ ਜਿਹਾ ਹਟ ਕੇ, ਤੁਸੀਂ ਕਹਿੰਦੇ ਹੋ ਵੀ ਸਾਡੀ ਸਟ੍ਰੈਟਜੀ, ਕਿਉਂਕਿ ਸੰਗਰੂਰ ਜ਼ਿਮਨੀ ਚੋਣ ਤੁਸੀਂ ਬੁਰੀ ਤਰ੍ਹਾਂ ਹਾਰਦੇ ਹੋ, ਉਸ ਤੋਂ ਬਾਅਦ ਹੁਣ ਜਲੰਧਰ ਦੀ ਜ਼ਿਮਨੀ ਚੋਣ, ਇਹਦੇ ਲਈ ਕੀ ਸਟ੍ਰੈਟਜੀ ਹੈ? ਨਹੀਂ, ਮੈਂ ਤੁਹਾਡੀ ਪਹਿਲੀ ਗੱਲ ਥੋੜ੍ਹੀ ਦੁਰਸਤ ਕਰਨੀ ਚਾਹਾਂਗਾ, ਅਸੀਂ ਬੁਰੀ ਤਰ੍ਹਾਂ ਨਹੀਂ ਹਾਰੇ। ਸੱਤਾ ਵਾਲੀ ਪਾਰਟੀ ਚਾਹੇ ਨਹੀਂ 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 ਉਹ ਨਹੀਂ ਗੱਲ ਹੁੰਦੀ, ਇਹ ਨਹੀਂ ਹੁੰਦੀ ਗੱਲ ਹੁੰਦੀ। ਜਦੋਂ ਇੱਕ ਇਲੈਕਸ਼ਨ ਪਾਰਟੀ ਲੜਦੀ ਹੈ, ਤੁਸੀਂ ਪਿਛੋਕੜ ਨਿਗਾਹ ਮਾਰੋ, ਅੱਗੇ ਕੀ ਹੁੰਦਾ ਸੀ, ਕਾਂਗਰਸ ਵਰਸਸ ਬੀਜੇਪੀ ਅਕਾਲੀ ਦਲ, ਕਾਂਗਰਸ ਵਰਸਸ ਬੀਜੇਪੀ ਅਕਾਲੀ ਦਲ। ਜੇ ਬੀਜੇਪੀ ਅਕਾਲੀ ਦਲ ਆ ਗਈ ਤਾਂ ਵਰਸਰ ਕਾਂਗਰਸ, ਉਹ ਤਾਂ 3 ਮਹੀਨੇ ਦਾ ਮੈਚ ਹੁੰਦਾ ਸੀ, ਇਲੈਕਸ਼ਨ ਤੋਂ 3 ਮਹੀਨੇ ਬਾਅਦ ਆਪਣੇ ਕੰਪਰੋਮਾਈਜ਼ ਹੋ ਜਾਂਦਾ ਸੀਗਾ, ਤੁਸੀਂ ਆਪਣਾ 4 ਸਾਲ ਸਰਕਾਰ ਚਲਾ ਲਓ, ਲਾਸਟ ਮੂਮੈਂਟ 'ਤੇ ਆ ਗਏ, ਜੇ ਪਬਲਿਕ ਜਿਹਨੂੰ ਮਾਨਤਾ ਦੇਗੀ ਉਹ ਹੋ ਜਾਏਗਾ, 5 ਸਾਲ ਬਾਅਦ ਸਰਕਾਰ ਚੇਂਜ ਹੋ ਜਾਂਦੀ ਸੀ। ਪਰ ਹੁਣ ਇੱਕ ਆਮ ਆਦਮੀ ਪਾਰਟੀ ਹੈ, 6 ਪਾਰਟੀਆਂ ਅਦਰਸ ਜਿਹੜੀਆਂ ਨੇ ਉਹ ਸਾਰੀਆਂ ਹੀ ਰੋਲਾ ਪਾਉਣ 'ਤੇ ਲੱਗੀਆਂ ਹੋਈਆਂ ਨੇ। ਕਿਤੇ ਨਾ ਕਿਤੇ ਦੇਖੋ ਨਾ, ਅੱਜ ਜੇ ਤੁਸੀਂ ਸੰਗਰੂਰ ਦੀ ਗੱਲ ਕਰਦੇ ਹੋ, ਸੰਗਰੂਰ ਪਾਰਟੀ ਸੀ, ਅਸੀਂ 5-6 ਹਜ਼ਾਰ ਵੋਟ 'ਤੇ ਹਰੇ ਸੀ ਸ਼ਾਇਦ, ਇੰਨੇ ਕਿਤੇ ਛੋਟੇ ਛੋਟੇ ਜਿਹੇ ਮਾਰ ਦਿੱਤੇ ਜੀਟ ਹਰੇ ਹਾਂ। ਪਰ ਸਾਰੀਆਂ ਪਾਰਟੀਆਂ ਦੇ ਗ੍ਰਾਫ ਕਿੱਥੇ ਗਏ? ਅਕਾਲੀ ਦਲ ਦਾ ਗ੍ਰਾਫ ਕਿੱਥੇ ਗਿਆ? ਬੀਜੇਪੀ ਦਾ ਗ੍ਰਾਫ ਕਿੱਥੇ ਗਿਆ? ਕਾਂਗਰਸ ਦਾ ਗ੍ਰਾਫ ਕਿੱਥੇ ਗਿਆ? ਮਾਨ ਅਕਾਲੀ ਦਲ ਨੂੰ ਵੋਟ ਪਈ ਨਾ, ਸੁਖਬੀਰ ਸਿੰਘ ਬਾਦਲ ਵਰਗੇ ਜਿਹੜੇ ਪਾਰਟੀ ਪ੍ਰਧਾਨ ਸੀਗੇ, ਜਿਹੜੇ ਅੱਜ ਤੱਕ ਮਾਨ ਗਰੁੱਪ ਦੇ ਖਿਲਾਫ ਚੱਲਦੇ ਸੀਗੇ, ਮਾਨ ਸਾਹਿਬ ਦੇ ਘਰ ਗਏ, ਦੇਖਿਆ ਨਾ ਤੁਸੀਂ, ਸਿਮਰਜੀਤ ਸਿੰਘ ਮਾਨ ਦੇ ਘਰ ਗਏ, ਤੂੰ ਸਾਡਾ ਅਕਾਲੀ ਦਲ ਦਾ ਅਕਾਲੀ ਦਲ ਕੈਂਡੀਡੇਟ ਬਣ ਜਾਓ, ਉਹਨਾਂ ਨੇ ਨਕਾਰ ਦਿੱਤਾ, ਜਵਾਬ ਦਿੱਤਾ ਮੈਂ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਮੰਨਾ, ਮੈਂ ਆਪਣੇ ਮਾਨ ਦਲ ਤੋਂ ਹੀ ਲੜਾਂਗਾ। ਐਂਡ ਕੀ ਹੋਇਆ, ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਹੈ ਅਤੇ ਮਾਨ ਗੱਲ ਦਾ ਅਕਾਲੀ ਦਲ ਕੈਂਡੀਡੇਟ, ਉਹਦੇ ਕੋਲ ਜਮਾਨ ਜ਼ਬਤ ਹੋਈ ਉਹਨਾਂ ਦੀ। ਔਰ ਆਮ ਆਦਮੀ ਦੂਸਰੇ ਨੰਬਰ 'ਤੇ 3-4 ਜਾਂ 5 ਹਜ਼ਾਰ ਦੇ ਅੰਤਰ 'ਚ ਪਿੱਛੇ ਰਹੀ, ਪਰ ਉਹ ਅੰਤਰ ਰਹਿਣ ਦਾ ਮਤਲਬ ਇਹੀ ਸੀਗਾ, ਲਾਸਟ ਮੂਮੈਂਟ 'ਤੇ ਆ ਕੇ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਵੋਟ ਪੋਲ ਕਰ ਦਿੱਤੀ ਮਾਨ ਸਾਹਿਬ ਨੂੰ, ਇਹ ਬੜਾ ਇੱਕ ਅਡੰਬਰ ਰਚਿਆ ਗਿਆ। ਇਹ ਹਾਰ ਨਹੀਂ ਗਿਣਦੇ ਅਸੀਂ, ਜਿਹੜਾ ਸਾਡੀ ਵੋਟ ਬੈਂਕ ਸੀਗਾ ਸੇਮ ਰਿਹਾ, ਵੋਟ ਬੈਂਕ 'ਚ ਕੋਈ ਫਰਕ ਨਹੀਂ ਪਿਆ,
ਇੱਕ ਅੱਧਾ ਪਰਸੈਂਟ ਦਾ ਵੋਟ ਬੈਂਕ ਦਾ ਫਰਕ ਪਿਆ ਟੋਟਲੀ ਵੋਟ ਬੈਂਕ ਸਾਡਾ ਵੋਟ ਬੈਂਕ ਦੀ ਤੁਸੀਂ ਗੱਲ ਕਰਦੇ ਹੋ ਜਲੰਧਰ ਦੇ ਵਿੱਚ ਕਾਂਗਰਸ ਦਾ ਵੋਟ ਬੈਂਕਰ ਜਲੰਧਰ ਸਪੈਸ਼ਲੀ ਜੇ ਸੀ ਐਮ ਪੀ ਸੀਟ ਦੀ ਕਹੀਏ ਕਿਉਂਕਿ ਇਸ ਨੂੰ ਐਸ ਸੀ ਐਸ ਟੀ ਦਾ ਹੱਬ ਕਿਹਾ ਜਾਂਦਾ ਕਾਂਗਰਸ ਵੱਡੀ ਕਾਂਗਰਸ ਜਿਹੜੀ ਆ ਇੱਥੇ ਦੇ ਲੋਕਾਂ ਦੀ ਪਸੰਦੀਦਾ ਪਾਰਟੀ ਰਹੀ ਆ ਸੋ ਵੋਟ ਬੈਂਕ ਉਹਨਾਂ ਨੂੰ ਆ ਇਹਦੇ ਲਈ ਕੋਈ ਖਾਸ ਸਟ੍ਰੈਟਜੀ ਨਹੀਂ ਮੈਂ ਕਹਾਂਗਾ ਪਬਲਿਕ ਹੁਣ ਅੱਜ ਦੇਖ ਲਓ ਪਬਲਿਕ ਅੱਜ ਮੈਂ ਜੋ ਸੱਤ ਅੱਠ ਪਿੰਡਾਂ 'ਚ ਜਾ ਕੇ ਆਇਆ ਲੋਕਾਂ ਦੀ ਇੱਕ ਰਿਵਿਊ ਨੇ ਕਿ ਅਸੀਂ ਇੱਕ ਬੜੇ ਮਗਾਲਤੇ 'ਚ ਰਹਿ ਗਏ ਕਿ ਜਿਸ ਤਰ੍ਹਾਂ 17 ਵਿੱਚ ਆਮ ਆਦਮੀ ਪਾਰਟੀ ਬੜੀ ਜੋਵਿਨ 'ਚ ਆਈ ਸੀ ਪਿੱਛੇ ਰਹਿ ਗਈ ਇਸ ਵਾਰੀ ਇਹੋ ਜਿਹਾ ਕਸਰ ਨਾ ਰਹੇ ਕਿ 2022 ਦੇ ਵਿੱਚ ਲੋਕਾਂ ਨੇ 92 ਸੀਟਾਂ ਦਿੱਤੀਆਂ ਔਰ ਦੁਆਬੇ ਦੇ ਵਿੱਚ ਘੱਟ ਤੋਂ ਘੱਟ ਸਾਨੂੰ ਘੱਟ ਸੀਟਾਂ ਮਿਲੀਆਂ ਇਸ ਵਾਰੀ ਲੋਕ ਕਹਿੰਦੇ ਨੇ ਅਸੀਂ ਉਹ ਗਲਤੀ ਨਹੀਂ ਕਰ ਰਹੇ ਜਿਹੜੀ ਪਿਛਲੇ ਵਾਰੀ ਕੀਤੀ ਸੀ ਨਾ 17 ਵਾਲੀ ਗਲਤੀ ਕਰ ਰਹੀ ਨਾ 22 ਵਾਰੀ ਗਲਤੀ ਕਰ ਰਹੀ ਹਾਂ ਪਰ ਹੁਣ ਇਹ ਜਿਹੜੀ ਸੀਟ ਹੈ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਦੇਣੀ ਹੈ ਲੋਕਾਂ ਦੇ ਵਿਊ ਨੇ ਲੋਕ ਤਾਂ ਲੋਕਾਂ ਦੀ ਸੋਚ ਹੈ ਕਿ ਸੋਚ ਇਹ ਹੈ ਕਿ ਲੋਕਾਂ ਦੇ ਵਿੱਚ ਬਦਲਾਅ ਹੈ ਕਿ ਅਸੀਂ ਮੁਕਾਬਲੇ 'ਚ ਰਹਿ ਗਏ ਜੇ 17 ਵਾਲਾ ਰਿਜ਼ਲਟ 22 'ਚ ਵੀ ਆ ਗਿਆ ਤਾਂ ਸਾਡੇ ਪਾਸੇ ਮੁਸ਼ਕਿਲ ਹੋ ਜਾਏਗੀ ਲੋਕਾਂ ਨੇ ਵੋਟ ਵੋਟ ਕਰੋਸ ਕਰਤੀ ਪਰ ਕਿਤੇ ਨਾ ਕਿਤੇ ਇਸ ਵੇਲੇ ਲੋਕ ਸੋਚ ਕੇ ਬੈਠੇ ਹੋਏ ਆ ਕਿ ਅਸੀਂ ਹੁਣ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਹੈ ਉਹੀ ਆਪਣਾ ਕੈਂਡੀਡੇਟ ਪਾਰਲੀਮੈਂਟ 'ਚ ਹਾਊਸ 'ਚ ਭੇਜਣਾ ਕਿ ਸਾਡੇ ਪੰਜਾਬ ਵਾਸਤੇ ਇੱਕ ਬੈਨੀਫਿਟ ਨਹੀਂ ਹੋਏਗਾ ਜੋ ਪੰਜਾਬ ਦੇ ਫੰਡਸ ਨੇ ਜਾਂ ਸਾਨੂੰ ਵਾਪਸੀ ਕਈ ਵਾਰੀ ਦਿੱਕਤ ਆ ਜਾਂਦੀ ਜਿਵੇਂ ਪਹਿਲਾਂ ਪੰਜਾਬ ਨੂੰ ਲੀਡ ਕਰ ਰਹੇ ਸੀ ਮਾਨ ਸਾਹਿਬ ਖੁਦ ਮੈਂਬਰ ਪਾਰਲੀਮੈਂਟ ਸੀਗੇ ਪੰਜਾਬ ਨੂੰ ਲੀਡ ਕਰਦੇ ਹਰ ਮੌਕੇ ਦੇ ਮੋਦੀ ਸਾਹਿਬ ਨੂੰ ਘੇਰਦੇ ਸੀ ਹਰ ਮੌਕੇ ਦੇ ਮੋਦੀ ਸਾਹਿਬ ਕੋਲੋਂ ਫੰਡਸ ਵਾਸਤੇ ਪੰਜਾਬ ਦੀਆਂ ਗੱਲਾਂ ਕਰਦੇ ਸੀ ਕੋਈ ਸ਼ੱਕ ਨਹੀਂ ਹੈ ਮੈਂ ਸੀਐਮ ਆਨ ਨੂੰ ਹਮੇਸ਼ਾ ਪ੍ਰੇਜ਼ ਕੀਤਾ ਕਿਉਂਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਾਡੀ ਹਾਂ ਇੱਕੋ ਬੰਦਾ ਸੀ ਪੰਜਾਬ ਸਾਡੇ ਪੰਜਾਬ ਵਾਲੇ ਹਿੰਦੁਸਤਾਨ ਦੇ ਵਿੱਚ ਜਿਹੜਾ ਮੋਦੀ ਸਾਹਿਬ ਨੂੰ ਔਰ ਮੈਂ ਕਈ ਵਾਰੀ ਦੇਖਿਆ ਕਿ ਸਾਡੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਜਾਂ ਦੂਸਰੇ ਹੋਰ ਕੈਂਡੀਡੇਟ ਸੀਗੇ ਉਹ ਅੰਦਰ ਹਾਊਸ 'ਚ ਜਾਣ ਤੋਂ ਪਹਿਲਾਂ ਦੇਖਦੇ ਸੀਗੇ ਮਾਨ ਸਾਹਿਬ ਦੀ ਐਂਟਰੀ ਪਈ ਹੋਈ ਹੈ ਜੇ ਮਾਨ ਸਾਹਿਬ ਦੀ ਐਂਟਰੀ ਪਈ ਹੁੰਦੀ ਤਾਂ ਵਾਪਸ ਆ ਜਾਂਦੇ ਸੀਗੇ ਕਿ ਮਾਨ ਸਾਹਿਬ ਨੇ ਅੰਦਰ ਘੇਰ ਲੈਣਾ ਬੈਕ ਮਾਰ ਜਾਂਦੇ ਸੀ ਹਾਊਸ 'ਚੋਂ ਇਸ ਕਰਕੇ ਮਾਨ ਸਾਹਿਬ ਦੀ ਛਵੀ ਅੱਜ ਪੰਜਾਬ ਵਾਸਤੇ ਬੜੀ ਬਿਹਤਰ ਰਹੀ ਹੈ ਅੱਛਾ ਦੋ ਤਿੰਨ ਮੁੱਦੇ ਪੰਜਾਬ ਦੇ ਜਿਹੜੇ ਨੇ ਬੜੇ ਅਹਿਮ ਨੇ ਕਿਉਂਕਿ ਮੈਨੂੰ ਲੱਗਦਾ ਇਸ ਜ਼ਿਮਨੀ ਚੋਣ ਦੇ ਵਿੱਚ ਵੀ ਹੋਏਗਾ ਸ਼ਾਇਦ ਮੈਨੂੰ ਪੁੱਛ ਲੈਣਾ ਚਾਹੀਦਾ ਲਤੀਫਪੁਰਾ ਬਰਗਾੜੀ ਕਾਂਡ ਜਿਹਨੂੰ ਅਸੀਂ ਬੇਅਦਬੀ ਕਹਿੰਦੇ ਹਾਂ ਡਰੱਗ ਹਾਲੇ ਵੀ ਉੱਥੇ ਦੇ ਉੱਥੇ ਕਿਉਂਕਿ ਅੱਜ ਆਏ ਦਿਨ ਹੁਣ ਤਾਂ ਜੇਲ੍ਹਾਂ ਦੇ ਵਿੱਚ ਵੀ ਮੋਬਾਈਲ ਮਿਲਣੇ ਸ਼ੁਰੂ ਹੁੰਦੇ ਜੇਲ੍ਹਾਂ ਦੇ ਵਿੱਚ ਰਿਬੈਲ ਹੋ ਗਏ ਆ ਜਿਹੜੇ ਇਨਮੇਟਸ ਨੇ ਇਹਨਾਂ ਸਾਰੇ ਮੁੱਦਿਆਂ 'ਤੇ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਬਰਗਾੜੀਗੜ੍ਹ ਦੀ ਗੱਲ ਕਰਾਂ ਕਾਂਡ ਦੀ ਤੁਸੀਂ ਦੇਖਿਆ ਪਿਛਲੇ ਦਿਨ ਜਿਹੜਾ ਪਿੱਛੇ ਵੀ ਆਈ ਤੋਂ 2 ਮਹੀਨੇ ਤੋਂ ਪਿਕਚਰ ਚੱਲ ਰਹੀ ਹੈ ਉਹਦੇ ਵਿੱਚ ਵੀ ਦੂਸਰੀਆਂ ਪਾਰਟੀਆਂ ਆਹ ਕਰਦੇ ਹੋ ਉਹ ਕਰਦੇ ਹੋ ਇਹ ਕਰਦੇ ਹੋ ਤੁਸੀਂ ਇਹ ਸੋਚ ਨੂੰ ਸੋਚ ਰਹੇ ਕਿ ਇੰਨੀ ਵਧੀਆ ਸੋਚ ਸਾਡੇ ਹਰਮਨ ਪਿਆਰੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ ਬੜੇ ਥੰਮੇ ਨਾਲ ਬੜੇ ਪਿਆਰ ਦੇ ਨਾਲ ਇਸ ਚੀਜ਼ ਨੂੰ ਟੈਕਲ ਕੀਤਾ ਸਾਡੇ ਡੀ ਜੀ ਪੀ ਸਾਹਿਬ ਨੇ ਔਰ ਤਕਰੀਬਨ ਉਹ ਵੀ ਟਾਈਮ ਆ ਗਿਆ ਸੀ ਲੋਕ ਕਹਿੰਦੇ ਸੀ ਵੀ ਇਹ ਦੂਸਰਾ ਬਰਗਾੜੀ ਕਾਂਡ ਹੋ ਜਾਣਾ ਪੰਜਾਬ ਦੇ ਵਿੱਚ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਸਾਡੀ ਕਾਂਗਰਸ ਪਾਰਟੀ ਨੇ ਦੂਸਰੀ ਅਦਰਸ ਪਾਰਟੀਆਂ ਨੇ ਇਹਦੀ ਬਹੁਤ ਨਿੰਦਾ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਸਰਕਾਰ ਫੇਲੀਅਰ ਹੋ ਗਈ ਸਰਕਾਰ ਨੇ ਫੇਲ ਹੋ ਗਈ ਸਰਕਾਰ ਕੋਲ ਇੱਕ ਬੰਦਾ ਪਕੜਿਆ ਨਹੀਂ ਗਿਆ ਸਰਕਾਰ ਨੇ ਆਹ ਕਰ ਦਿੱਤਾ ਅੱਜ ਕੀ ਰਿਜ਼ਲਟ ਆ ਅੱਜ ਤੁਹਾਨੂੰ 96-97% ਲੋਕ ਇਹਦੀ ਤਾਰੀਫ ਕਰ ਰਿਹਾ ਕਿ ਪੰਜਾਬ ਨੂੰ ਬਚਾਇਆ ਗਿਆ ਪੰਜਾਬ ਦੇ ਜਿਹੜੀ ਖੂਨ ਦੀ ਹੋਲੀ ਖੇਡੀ ਜਾਣੀ ਸੀ ਉਸ ਨੂੰ ਰੋਕਿਆ ਗਿਆ ਅਜੇ ਵੀ ਕੁਛ ਕਲੀਅਰ ਨਹੀਂ ਹੈਗਾ ਤੁਹਾਡੇ ਆਪਣੇ ਐਮਐਲਏ ਜਿਹੜੇ ਅੰਮ੍ਰਿਤਸਰ ਤੋਂ ਨੇ ਉਹ ਵੀ ਕਹਿੰਦੇ ਜੀ ਮੈਂ ਤਾਂ ਲਿਖ ਕੇ ਦੇ ਦਿੰਦਾ ਇਨਸਾਫ ਮਿਲਣਾ ਹੀ ਨਹੀਂ ਬਰਗਾੜੀ ਦਾ ਇਨਸਾਫ ਮਿਲੇਗਾ ਤੁਹਾਡੇ ਨਾਲ ਚਲਾਨ ਪੇਸ਼ ਹੋਇਆ ਚਲਾਨ ਪੇਸ਼ ਹੋਇਆ ਕੋਰਟ ਦਾ ਮੈਟਰ ਹੈ ਜਿਹੜੇ ਪਾਰਟੀਆਂ ਆਪਣੇ ਆਪ ਨੂੰ 5 ਸਾਲ ਰਾਜ ਕਰ ਗਈਆਂ ਕਹਿੰਦੀਆਂ ਸੀ ਅਸੀਂ ਬਾਦਲਾਂ ਨੂੰ ਅੰਦਰ ਕਰਾਂਗੇ ਬਾਦਲਾਂ 'ਤੇ ਕੇਸ ਪਾਵਾਂਗੇ ਆਹ ਫਲਾਣਾ ਐਂਡ ਤੱਕ ਜਾਂਦੇ ਸੀਗੇ ਕਿੱਥੇ ਗਏ 5 ਸਾਲ 5 ਸਾਲ ਨਿਕਲ ਗਏ ਨਾ ਕੁਛ ਨਹੀਂ ਹੋਇਆ ਸਾਡਾ ਤਾਂ 1 ਸਾਲ ਹੋਇਆ 1 ਸਾਲ ਦੇ ਵਿੱਚ ਚਲਾਨ ਪੇਸ਼ ਹੋ ਗਿਆ 1 ਸਾਲ ਦੇ ਵਿੱਚ ਚਲਾਨ ਦੇ ਵਿੱਚ ਬਾਈ ਨੇਮ ਨਾਮ ਦਿੱਤੇ ਰਿਜ਼ਲਟ ਕੋਰਟ ਦੇ ਵਿੱਚ ਹੋਏਗਾ ਕਿ ਰਿਜ਼ਲਟ ਦਾ ਕੋਰਟ ਦਾ ਕੀ ਫੈਸਲਾ ਆਉਣਾ ਅੱਛਾ ਚਲੋ ਇਹ ਵੀ ਗੱਲ ਠੀਕ ਹੈ ਪਰ ਤੁਹਾਡੇ ਐਮਐਲਏ ਤੁਹਾਡੇ ਤੋਂ ਕਾਹਤੋਂ ਕਹਿ ਰਹੇ ਵੀ ਤੁਹਾਡੇ ਸਰਕਾਰ ਦੇ ਹੁੰਦੇ ਆ ਉਹ ਗਏ ਕਹੀ ਜਾ ਰਿਹਾ ਵੀ ਇਨਸਾਫ ਹੁਣ ਮਿਲਣਾ ਨਹੀਂ ਜੇ ਮਿਲਣਾ ਹੁੰਦਾ ਪਹਿਲਾਂ ਮਿਲ ਜਾਣਾ ਹਰ ਬੰਦੇ ਦੀ ਆਪਣੀ ਮੇਰੀ ਸੋਚ ਹੁੰਦੀ ਹੈ ਜੀ ਮੇਰੀ ਸੋਚ ਅਲੱਗ ਹੈ 5 ਉਂਗਲਾਂ ਨੇ 5 ਉਂਗਲਾਂ ਇੱਕੋ ਜਿਹੀ ਨਹੀਂ ਹੈਗੀਆਂ ਪਰ ਕਿਤੇ ਨਾ ਕਿਤੇ ਮੇਰੇ ਨਾਲ ਬੈਠਦੇ ਨੇ ਮੇਰੇ ਕੁਲੀਗ ਨੇ ਐਮਐਲਏ ਨੇ ਉਹ ਸੋਚ ਨੂੰ ਨਹੀਂ ਲੈ ਕੇ ਗੱਲ ਕਰ ਰਹੇ
ਪਰ ਕਿਤੇ ਨਾ ਕਿਤੇ ਜਿਹੜੀ ਸੋਚ ਅੱਜ ਪਾਰਟੀ ਦੀ ਹੈ ਉਹ ਪਾਰਟੀ ਦੀ ਸੋਚ ਇਹ ਹੈ ਸਪਸ਼ਟ ਜੋ ਪੰਜਾਬ ਨੇ ਮੈਂਡੇਟ ਦਿੱਤਾ ਉਸ ਉੱਪਰ ਖਰਾ ਉਤਰਨ ਵਾਸਤੇ ਜੋ ਕੁਛ ਕੁਰਬਾਨੀ ਜਾਂ ਬਲੀਦਾਨ ਦੇਣਾ ਪਏਗਾ ਉਹ ਪਾਰਟੀ ਦੇਗੀ, ਪਰ ਕਿਤੇ ਨਾ ਕਿਤੇ ਇਮਾਨਦਾਰੀ ਨਾਲ ਇੱਕ ਸੋਚ ਦੇਣੀ ਹੈ ਇੱਕ ਸ਼ਹਿਰ ਨੂੰ। ਇਹ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਮੇਰੇ ਹਲਕੇ 'ਚ ਵੀ ਨਸ਼ਾ ਸੀਗਾ, ਮੇਰੇ ਨੌਰਥ ਹਲਕੇ 'ਚ ਵੀ ਨਸ਼ਾ ਸੀਗਾ, ਕੋਈ ਪੋਕਟਾਂ ਐਸੀਆਂ ਸੀ ਕਿ ਜਿੱਥੇ ਨਸ਼ਾ ਬਿਲਕੁਲ ਦਿਨ ਦਿਹਾੜੀ ਵਿਕਦਾ ਸੀਗਾ, ਅੱਜ ਉੱਥੇ ਠੱਲ ਪਈ ਹੈ 90% 'ਚ ਕਾਬੂ ਪਾਇਆ, 10% ਹੋਏਗਾ ਕਿਤੇ ਨਾ ਕਿਤੇ, ਪਰ ਕਿਤੇ ਨਾ ਕਿਤੇ ਜ਼ਿਆਦਾ ਵੀ ਹੈਗਾ, ਪਰ ਅਸੀਂ ਆਹਿਸਤਾ ਉਸ ਤੱਕ ਪਹੁੰਚ ਰਹੇ ਹਾਂ। ਹੁਣ ਤੁਸੀਂ ਦੇਖਦੇ ਹੋ ਅੱਗੇ ਨਾ ਅੱਜ ਤੋਂ 2 ਮਹੀਨੇ ਪਹਿਲਾਂ ਜੋ ਪਿਕਚਰ ਸੀਗੀ ਉਹ ਅੱਜ ਨਹੀਂ ਹੈ, ਤੁਹਾਡੇ ਕੋਲ ਤਾਂ ਇਸ ਤੋਂ ਚੀਜ਼ ਜੋ ਲੁਕੀ ਨਹੀਂ ਹੈ, ਜੋ ਅੱਜ ਤੋਂ 2 ਮਹੀਨੇ ਪਹਿਲਾਂ ਪਿਕਚਰ ਸੀਗੀ ਤੁਸੀਂ ਆਪ ਦਿਖਾਉਂਦੇ ਸੀ ਕਿਸੇ ਗਲੀ ਦੇ ਵਿੱਚ ਕਿਤੇ ਚੌਰਾਹੇ ਦੇ ਵਿੱਚ, ਅੰਮ੍ਰਿਤਸਰ ਦੇ ਪਿੰਡਾਂ ਦੇ ਵਿੱਚ ਹਾਲੇ ਵੀ ਇਹੀ ਹਾਲ ਹੈ। ਹਾਂ ਕਿਤੇ ਨਾ ਪੋਕਟਾਂ ਹੈਗੀਆਂ ਨੇ, ਪਰ ਅਸੀਂ ਹੈਲਪ ਮੰਗ ਰਹੇ ਹਾਂ ਲੋਕਾਂ ਤੋਂ, ਲੋਕ ਸਾਥ ਦੇਣ, ਕਈ ਜਗ੍ਹਾ 'ਤੇ ਲੋਕ ਸਾਥ ਦੇਣ ਲੱਗ ਗਏ, ਹੁਣ ਪੰਚਾਇਤਾਂ ਸਾਹਮਣੇ ਆਉਣ ਲੱਗ ਗਈਆਂ, ਕਈ ਜਗ੍ਹਾ ਮਤੇ ਪੈ ਗਏ ਲੋਕਾਂ ਨੇ, ਮਤੇ ਵੀ ਪਾਏ ਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਡਰੱਗਸ ਲੈ ਕੇ ਆਊਗਾ, ਕੋਈ ਨਸ਼ਾ ਲੈ ਕੇ ਆਊਗਾ, ਅਸੀਂ ਪਕੜ ਕੇ ਅੰਦਰ ਕਰਾਵਾਂਗੇ। ਉਹ ਲੋਕ ਸਾਥ ਦੇ ਰਹੇ ਆ, ਜਿੱਥੇ ਸਾਥ ਦੇ ਰਹੇ ਉੱਥੇ ਰਿਜ਼ਲਟ ਵੀ ਨਿਕਲ ਰਹੇ ਆ। ਚਲੋ ਇਹ ਤਾਂ ਨਸ਼ੇ ਦੀ ਗੱਲ ਸੀਗੀ, ਇੱਕ ਨਾ ਤੁਹਾਡੇ 'ਤੇ ਇਲਜ਼ਾਮ ਹਰ ਦਿਨ ਲੱਗਦਾ, ਹਰ ਓਪੋਜੀਸ਼ਨ ਪਾਰਟੀ ਬੋਲਦੀ ਹੈ, ਕਹਿੰਦੇ ਮੀਡੀਆ ਕੈਪਚਰਾਈਜ਼ ਹੋ ਗਿਆ, ਇੱਕ ਸ਼ਬਦ ਨਵਾਂ ਹੀ ਮੈਂ ਤਾਂ ਸੁਣ ਲਿਆ ਮੀਡੀਆ ਕੈਪਚਰ। ਦੇਖੋ ਮੈਂ ਤਾਂ ਇਸ ਗੱਲ ਨਾਲ ਹੁਣ ਮੈਂ ਹਾਸੋ ਹੀ ਨਹੀਂ ਗੱਲ ਹੈ, ਅੱਜ ਹਿੰਦੁਸਤਾਨ ਦੇ ਵਿੱਚ ਨਹੀਂ ਇਹੀ ਇਲਜ਼ਾਮ ਤੁਸੀਂ ਤੁਹਾਡੀ ਪਾਰਟੀ, ਮੈਂ ਉਹੀ ਗੱਲ ਕਰ ਰਿਹਾ, ਅੱਜ ਹਿੰਦੁਸਤਾਨ ਦੇ ਚੈਨਲ ਕਿੰਨੇ ਨੇ, ਪੰਜਾਬ ਦੇ ਚੈਨਲ ਕਿੰਨੇ ਨੇ, ਪੰਜਾਬ ਦੀ ਸਰਕਾਰ ਕੋਲ ਚੈਨਲ ਕਿਹੜੇ ਨੇ, ਸਭ ਤੋਂ ਵੱਡਾ ਚੈਨਲ ਤੁਹਾਡਾ, ਤੁਸੀਂ ਕੈਪਚਰ ਹੋ ਗਏ, ਇਹ ਕੁਛ ਹਾਂ ਓਪੋਜੀਸ਼ਨ ਦੇ ਕੋਲ ਬੋਲਣ ਜੋਗਾ ਕੁਛ ਵੀ ਨਹੀਂ ਹੈ, ਓਪੋਜੀਸ਼ਨ ਕੋਲ ਬੋਲਣ ਵਾਸਤੇ ਕੁਛ ਨਹੀਂ ਹੈ। ਪੀਟੀਸੀ ਕਿਹਦਾ, ਪੀਟੀਸੀ ਕਿਹਦਾ, ਲਿਵਿੰਗ ਇੰਡੀਆ ਕਿਹਦਾ, ਬਾਕੀ ਪੰਜਾਬ ਤੋਂ ਬਾਹਰਲੇ ਜਿਹੜੇ ਚੈਨਲ ਚੱਲ ਰਹੇ ਉਹ ਕਿਹਦੇ ਚੱਲ, ਥਰੂ ਪੀਟੀਸੀ ਚੱਲ ਰਹੇ ਆ, ਪੀਟੀਸੀ ਤੋਂ ਬਿਨਾਂ ਕੋਈ ਚੈਨਲ ਨਹੀਂ ਚੱਲ ਰਿਹਾ, ਜਿੰਨੇ ਵੀ ਔਨਲਾਈਨ ਸਿਸਟਮ 'ਚ ਆ ਰਹੇ ਆ ਸਭ ਪੀਟੀਸੀ ਦੇ ਥਰੂ ਆ ਰਹੇ ਆ। ਕਿਆ ਉਹਦੇ 'ਚ ਕੀ ਆਮ ਆਦਮੀ ਪਾਰਟੀ ਦਾ ਰੋਲ ਹੈ, ਕਿਉਂ ਆਮ ਆਦਮੀ ਪਾਰਟੀ ਆਪਣਾ ਚੈਨਲ ਲਗਾ ਲਿਆ, ਸਿਰਫ ਅਤੇ ਸਿਰਫ ਸੱਚਾਈ ਸਾਹਮਣੇ ਆ ਰਹੀ ਹੈ। ਜੇ ਕੋਈ ਸੱਚਾਈ ਲਿਖਣ ਦੀ ਕੋਸ਼ਿਸ਼ ਕਰਦਾ ਉਹ ਤਾਂ ਗੱਲਾਂ ਤੋਂ ਬਾਹਰ ਨਹੀਂ ਜਾ ਸਕਦਾ, ਤੁਸੀਂ ਆਪਣੀ ਕਲਮ ਨਾਲ ਲਿਖ ਰਹੇ ਹੋ। ਅੱਜ ਪੰਜਾਬ ਕੇਸਰੀ, ਮੈਂ ਅੱਗੇ ਅਕਸਰ ਕਿਹਾ ਕਰਦਾ, ਉਹ ਜਿਹੜਾ ਅੱਤਵਾਦ ਦਾ ਜੋ ਦੌਰ ਸੀਗਾ ਉਹ ਤੋਂ ਪੰਜਾਬ ਕੇਸਰੀ ਦੀ ਕਲਮ ਨੇ ਕੀ ਕੀਤਾ, ਸੱਚਾਈ ਲਿਖੀ, ਆਪਣੇ ਪਰਿਵਾਰ 'ਚ 2 ਮੈਂਬਰ ਗਵਾ ਲਏ, ਕਲਮ ਬੰਦ ਨਹੀਂ ਕੀਤੀ, ਅੱਜ ਪੰਜਾਬ ਕੇਸਰੀ ਹਾਈਟ 'ਤੇ ਖੜੀ ਹੈ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਹੈ, ਆਮ ਆਦਮੀ ਆਪਣੇ ਏਮ 'ਤੇ ਆਪਣੇ ਨਿਸ਼ਾਨੇ 'ਤੇ ਕਾਇਮ ਹੈ, ਕਿਤੇ ਵੀ ਸਲਿਪ ਕਰਨ ਦੀ ਕੋਸ਼ਿਸ਼ ਨਹੀਂ ਪੈਣੀ, ਔਰ ਕਿਤੇ ਨਾ ਕਿਤੇ ਇਹਨਾਂ ਕੋਲ ਕੁਛ ਬੋਲਣ ਜੋਗਾ ਕੁਛ ਨਹੀਂ ਹੈ। ਅੱਛਾ, ਇਸ ਕਰਕੇ ਬੋਲ ਰਿਹਾ, ਇਹਨਾਂ ਕੋਲ ਕੁਛ ਨਹੀਂ ਹੈ। ਅੱਛਾ, ਆਪਾਂ ਬਾਈ ਇਲੈਕਸ਼ਨ 'ਤੇ ਮਿਲਾਂ ਦੁਬਾਰਾ ਵਾਪਸ ਆ ਜਾਈਏ, ਕਿਉਂਕਿ ਬੜਾ ਹੌਟ ਇਹ ਟੋਪਿਕ ਆ। ਕਿਹੜੀ ਪਾਰਟੀ ਨੂੰ ਸਟਰੋਂਗ ਮੰਨਦੇ ਹੋ ਜਾਂ ਮੰਨਦੇ ਹੋ ਕਿ ਇਹ ਪਾਰਟੀ ਹੈ ਜਿਹੜੀ ਤੱਕ? ਦੇਖੋ, ਉਹ ਪੋਲੀਟੀਕਲ ਬੰਦਾ ਹੀ ਨਹੀਂ ਹੁੰਦਾ ਜਿਹੜਾ ਤੁਸੀਂ ਉਹਨੂੰ ਸਟਰੋਂਗ ਮੰਨ ਕਹਿਣਾ ਚੱਲੇ। ਮੈਂ ਅੱਜ ਕਹਿ ਦਿੰਦਾ ਉਹਨਾਂ ਕੋਲ ਕੁਛ ਨਹੀਂ ਹੈ, ਉਹਨਾਂ ਕੋਲ ਯੇ ਨਹੀਂ ਹੈ, ਉਹਨਾਂ ਕੋਲ ਉਹ ਨਹੀਂ ਹੈ, ਅਸੀਂ ਆਪਣਾ ਏਮ ਲੈ ਕੇ ਚੱਲੇ ਹਾਂ ਆਪਣੀ ਜਿੱਤ ਵਾਸਤੇ। ਪਰ ਚੰਗਾ ਖਿਡਾਰੀ ਉਹੀ ਹੈ ਜਿਹੜਾ ਕੈਲਕੂਲੇਟਿਵ ਹੋ ਕੇ ਚੱਲਦਾ, ਉਹਨੂੰ ਪਤਾ ਵੀ ਆ ਪਾਰਟੀ ਨਹੀਂ ਕੈਲਕੂਲੇਟਿਵ। ਮੈਂ ਤੁਹਾਨੂੰ ਕਲੀਅਰ ਰੱਖ ਲਿਆ, ਮੈਂ 100 ਲਫ਼ਜ਼ਾਂ 'ਚ ਇੱਕ ਲਫ਼ਜ਼ ਤੁਹਾਨੂੰ ਕਹਿਤਾ ਕਿ ਉਹ ਬੰਦਾ ਪੋਲੀਟੀਕਲ ਨਹੀਂ ਹੈ, ਉਹ ਬੰਦਾ ਨਿੱਕੇ ਮੈਦਾਨ 'ਚ ਉਤਰਨ ਯੋਗ ਨਹੀਂ ਹੁੰਦਾ ਜਿਹੜਾ ਦੂਸਰੇ ਨੇ ਕਮਜ਼ੋਰ ਹੋ ਕੇ ਚੱਲੇ। ਸਾਡੇ ਅਸੀਂ ਜਿਹੜੇ ਅੱਜ ਚੱਲੇ ਹਾਂ, ਸਾਡੇ ਸਤਿਕਾਰਯੋਗ ਸਾਡੇ ਆਲ ਇੰਡੀਆ ਦੇ ਜਨਰਲ ਸੈਕਟਰੀ ਸੰਦੀਪ ਪਾਠਕ ਜੀ ਕੱਲ੍ਹ ਆਏ, ਉਹਨਾਂ ਨੇ ਸੰਬੋਧਿਤ ਕੀਤਾ, ਉਹਨਾਂ ਨੇ ਸਾਰੇ ਵਰਕਰਾਂ ਨੂੰ, MLA ਸਭਾ ਨੂੰ, ਮੰਤਰੀ ਸਭਾ ਨੂੰ ਮਿਲ ਕੇ ਡਾਇਰੈਕਸ਼ਨਾਂ ਵੀ ਦਿੱਤੀਆਂ, ਕੁਛ ਪਾਰਟੀ ਦੇ ਪ੍ਰਤੀ ਦੱਸਿਆ ਵੀ, ਕੁਛ ਮੈਟਰ ਵੀ ਲੈ ਕੇ ਆਏ, ਪਰ ਕਿਤੇ ਨਾ ਕਿਤੇ ਇੱਕ ਏਮ ਸੀ, ਜਿਵੇਂ ਅਰਜੁਨ ਦਾ ਏਮ ਸੀ ਮੱਛੀ ਦੀ ਅੱਖ, ਸਾਡਾ ਏਮ ਹੈ ਇਲੈਕਸ਼ਨ ਜਿੱਤਣਾ, ਔਰ ਪਬਲਿਕ ਦੇ ਪਿਆਰ ਦੇ ਨਾਲ, ਪਬਲਿਕ ਦੇ ਸਤਿਕਾਰ ਨਾਲ। ਔਰ ਤੁਸੀਂ ਮੈਨੂੰ ਸਟਾਰਟ ਤੋਂ ਇਹ ਗੱਲ ਸਟਾਰਟ ਕੀਤੀ ਸੀਗੀ, ਅਸੀਂ ਸੰਗਰੂਰ ਦੀ ਚੋਣ ਹਾਰੇ, ਸੰਗਰੂਰ ਦੀ ਚੋਣ ਦੇ ਵਿੱਚ ਬਿਲਕੁਲ ਇਲੈਕਸ਼ਨ ਜਿਹੜਾ ਲੜਿਆ ਗਿਆ ਫਿਰ ਇਲੈਕਸ਼ਨ ਲੜਿਆ ਗਿਆ ਸੀ, ਕਿਸੇ ਕੋਈ ਪ੍ਰੈਸ਼ਰ ਨਹੀਂ ਕਰਿਆ ਗਿਆ ਸੀਗਾ, ਕਿਸੇ ਅਫਸਰ ਨੂੰ ਇਹ ਨਹੀਂ ਕਿਹਾ ਸੀ, ਕਿਹਾ ਗਿਆ ਸੀਗਾ ਤੁਸੀਂ ਪੰਚਾਇਤਾਂ ਨੂੰ ਬੁਲਾਓ ਅਤੇ ਇੱਧਰ ਤੋਰੋ, ਕਿਸੇ ਸ਼ਹਿਰ ਵਾਲੇ MCN ਨਹੀਂ ਕਿਹਾ ਗਿਆ ਸੀ ਸਾਡੇ ਨਾਲ ਇਹ ਕਰ ਲਓ, ਕਿਸੇ ਨੂੰ ਜੁਆਇਨ ਵੀ ਨਹੀਂ ਸੀ ਕਰਾਇਆ, ਤੁਸੀਂ ਦੇਖਿਆ ਹੋਣਾ ਸਾਰਾ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਪ੍ਰੈਸ਼ਰ ਨਹੀਂ ਸੀ। ਇਸ ਵਾਰ ਤਾਂ ਬਹੁਤ ਕੁਛ ਹੋ ਗਿਆ, ਇਸ ਵਾਰ ਤਾਂ ਤੁਸੀਂ ਉਸ ਪਾਰਟੀ ਨੂੰ ਵੀ ਜੁਆਇਨ ਕਰਾ ਲਿਆ,
ਚਲੋ ਸੁਸ਼ੀਲ ਰਿੰਕੂ ਨੂੰ ਮੈਂ ਛੱਡ ਦਿੰਦਾ, ਮੈਨੂੰ ਸੁਰਿੰਦਰ ਚੌਧਰੀ ਹੋਣਾ ਦਾ ਨਾਮ ਤੇ ਖਿਆਲ ਯਾਦ ਆ ਗਿਆ, ਕਿਉਂਕਿ ਉਹੀ ਪਾਰਟੀ ਹੈ ਜਿਹਦੇ ਚਾਚਾ ਜਾਂ ਤਾਇਆ ਜਿਹੜਾ ਆ ਉਹ ਕੰਸੀਕਿਊਟਿਵ ਟਰਮਸ ਵਿੱਚ ਦੋ ਵਾਰੀ ਜਿੱਤਦਾ ਜਲੰਧਰ ਤੋਂ ਜ਼ਿਮਨੀ ਚੋਣ ਐਮ ਪੀ ਇਲੈਕਸ਼ਨਸ, ਤੁਸੀਂ ਉਹਨਾਂ ਨੂੰ ਵੀ ਹੁਣ ਕਰਾਇਆ ਹੁਣ? ਨਹੀਂ, ਇਹ ਤਾਂ ਦੇਖੋ ਵਿਚਾਰਨ ਦੀ ਗੱਲ ਹੈ, ਵਿਚਾਰਾਂ ਦੀ ਪਾਰਟੀ ਰਹਿ ਗਈਆਂ, ਮਤਲਬ ਕਿ ਉਹ ਜੇ ਪਰਿਵਾਰ 'ਚੋਂ ਨਿਕਲ ਕੇ ਆ ਕੇ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਜਾਂ ਆਪਣੀ ਬਰਾਦਰੀ ਦੇ ਬੰਦੇ ਦੀ ਮਦਦ ਕਰਨਾ ਚਾਹੁੰਦਾ ਜਾਂ ਉਹਦਾ ਕੋਈ ਪਿਆਰ ਸੀਗਾ ਸ਼ਵੀਰ ਰਿੰਕੂ ਜੀ, ਕਿਉਂਕਿ ਪਾਰਟੀ ਦੇ ਮੈਂਬਰ ਸੀ ਦੋਨੋਂ, ਉਹ ਰਿੰਕੂ ਦੇ ਨਾਲ ਆਇਆ, ਸਾਡਾ ਅਸੀਂ ਵੈਲਕਮ ਕਰਦੇ ਹਾਂ, ਔਰ ਵਿਚਾਰਧਾਰਾ ਦੇ ਨਾਲ ਕਿਸੇ ਦੀ ਵਿਚਾਰਧਾਰਾ ਮਿਲਦੀ ਹੈ ਅਤੇ ਸਾਡੇ ਵੱਲ ਤਾਂ ਜੀ ਮਾਨ ਸਾਹਿਬ ਚਲੋ ਉਸ ਦਿਨ ਵੀ ਕਿਹਾ ਸਟੇਜ ਤੋਂ ਅਸੀਂ ਸ਼ਰਮ ਬੋਲਿਆ ਕਿ ਸਾਡੀ ਪਾਰਟੀ ਸਮੁੰਦਰ ਹੋ ਗਈ, ਸਾਡੇ ਕੋਲ ਹੁਣ ਜਿਹੜਾ ਮਰਜ਼ੀ ਆ ਸਕਦਾ, ਪਹਿਲੀ ਸਾਡੇ ਸਾਡੀ ਪਾਰਟੀ ਦਰਿਆ ਸੀਗੀ, ਅਸੀਂ ਸੋਚਦੇ ਕਿ ਸਾਡੇ ਵਾਸਤੇ ਫਲਾਅ ਵੱਧ ਜਾਏਗਾ, ਹੁਣ ਸਾਡੇ ਕੋਲ ਫਲਾਅ ਹੈ ਸਮੁੰਦਰ ਜੀ ਨਾਲ, ਸਾਡੇ ਵਾਸਤੇ ਸਾਰਿਆਂ ਵਾਸਤੇ ਵੈਲਕਮ ਹੈ, ਖਾਸ ਵਾਲਾ ਸਫ਼ਰ, ਪਰ ਆਮ ਤੋਂ ਖਾਸ ਨਹੀਂ ਹੈ, ਆਮ ਹੀ ਹੈ, ਪਰ ਜਿਹੜਾ ਵੀ ਆਏਗਾ ਉਹ ਆਮ ਹੀ ਨਹੀਂ, ਉਸ ਤਰ੍ਹਾਂ ਬਣ ਕੇ ਆਏਗਾ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਬਣ ਕੇ ਆਏਗਾ। ਹੁਣ ਤੁਸੀਂ ਚੌਰੀ ਜਗਜੀਤ ਸਿੰਘ ਦੇ ਬੇਟੇ ਦੀ ਗੱਲ ਕਰ ਰਹੇ ਹੋ, ਕਰਤਾਰਪੁਰ ਤੋਂ ਉਹ ਜੁਆਇਨ ਹੋਏ ਆ, ਪਹਿਲਾਂ ਸ਼ਰਤ ਕਲੀਅਰ ਵਿੱਚ ਕੋਈ ਸ਼ਰਤ ਨਹੀਂ ਹੈ ਕਿ ਉਹਨੂੰ ਟਿਕਟ ਮਿਲੇਗੀ ਜਾਂ ਉਹਨੂੰ ਰਿਜ਼ਲਟ ਮਿਲੇਗਾ, ਉਹ ਹੋਏਗਾ, ਪਾਰਟੀ ਦੇ ਵਰਕਰ ਬਣ ਕੇ ਆਓ, ਅਸੀਂ ਜੁਆਇਨ ਕੀਤਾ ਸੀ ਪਾਰਟੀ ਵਰਕਰ ਬਣ ਕੇ ਆਏ ਸੀ, ਐਜ਼ ਵਲੰਟੀਅਰ ਆਏ ਸੀ, ਪਾਰਟੀ ਨੇ ਮਾਨ ਦਿੱਤਾ, ਟਿਕਟ ਦਿੱਤੀ। ਅੱਛਾ, ਜਲੰਧਰ ਦੇ ਵਿੱਚ ਤੁਸੀਂ ਇੱਕ ਇੱਕ ਸ਼ਾਇਦ ਤੁਹਾਨੂੰ ਵੀ ਤੁਹਾਡੇ ਤੱਕ ਕੋਈ ਖਬਰਾਂ ਹੋਣਗੀਆਂ, ਸ਼ੀਤਲ ਅੰਗਰਾਲ ਤੇ ਰਿੰਕੂ ਜੀ, ਛੱਤੀ ਦਾ ਅੰਕੜਾ ਰਿਹਾ ਆ, ਇਹਨੂੰ ਪੈਸੀਫਾਈ ਕਿੱਦਾਂ ਕਰਾਇਆ? ਪਰ ਨਹੀਂ, ਕਿਤੇ ਨਾ ਕਿਤੇ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੋਈ ਹੁੰਦਾ ਜੋ ਪਾਰਟੀ ਦੇ ਆਦਰਸ਼ਾਂ ਨੂੰ, ਪਾਰਟੀ ਦੇ ਅਸੂਲਾਂ ਨੂੰ, ਪਬਲਿਕ ਹਿੱਤ ਨੂੰ ਲੈ ਕੇ ਚੱਲੇ। ਜੇ ਸ਼ੀਤਲ ਰਾਜ ਉਹਨਾਂ ਨੇ ਐਕਸੈਪਟ ਕਰ ਲਿਆ ਸ਼੍ਰੀ ਰਿੰਕੂ ਜੀ ਨੂੰ, ਤਾਂ ਮੈਂ ਕਹਿੰਦਾ ਉਹਦਾ ਬੜਪਣ ਹੈ, ਉਹਦੇ ਅੱਛਾਈ ਹੈ, ਉਹਨੂੰ ਅੱਛਾ ਲੱਗ ਰਿਹਾ, ਕਿਉਂਕਿ ਵਿਰੋਧ ਤਾਂ ਕਿਤੇ ਨਾ ਕਿਤੇ ਬ੍ਰੇਕ ਲੱਗਦੀ ਹੈ। ਅੱਛਾ, ਪਾਰਟੀ ਜੁਆਇਨ ਕਰਨ ਤੋਂ ਪਹਿਲਾਂ, ਕਿਉਂਕਿ ਅਸੀਂ ਇੱਥੇ ਦੇਖਿਆ ਵੀ 25 ਸਾਲ ਦੀ ਦੁਸ਼ਮਣੀ ਆ ਸ਼ੀਤਲ ਅੰਗਰਾਲ ਅਤੇ ਸੁਸ਼ੀਲ ਰਿੰਕੂ ਦੇ ਵਿੱਚ, ਕਿੱਦਾਂ ਹੱਲ ਕਰਾਇਆ? ਹੱਲ ਨਹੀਂ ਕਰਾਉਣ ਦੀ ਲੋੜ ਪਈ, ਪਾਰਟੀ ਦਾ ਦੇਸ਼ ਹੈ, ਪਾਰਟੀ ਹਿੱਤ ਵਾਸਤੇ, ਪਬਲਿਕ ਹਿੱਤ ਵਾਸਤੇ ਸਾਨੂੰ ਰਿੰਕੂ ਜੀ ਨੂੰ ਲਿਆਉਣਾ ਪਿਆ ਪਾਰਟੀ ਦੇ ਵਿੱਚ। ਪਾਰਟੀ ਵਿੱਚ ਆਏ ਸਾਨੂੰ ਇਹ ਹੈ ਕਿ ਇੱਕ ਐਕਸਪੀਰੀਅੰਸ ਹੈਂਡ ਬਣਦਾ, ਕਿ ਜਿਹਨੇ ਇੱਥੋਂ ਉੱਠ ਕੇ ਦਿੱਲੀ ਦੀ ਰਾਜਨੀਤੀ ਦੇ ਵਿੱਚ ਹਿੰਦੁਸਤਾਨ ਦੀ ਜੋ ਇੱਕ ਮੰਦਰ ਹੈ ਜਿਸ ਦੇ ਵਿੱਚ ਆਪਾਂ ਨੇ ਕਿ 500 ਕੁਛ ਮੈਂਬਰ ਚੁਣ ਕੇ ਭੇਜਦੇ ਹਾਂ ਹਿੰਦੁਸਤਾਨ ਦੇ ਵਿੱਚ, ਆਪਣੇ ਦੇਸ਼ ਦੀ, ਆਪਣੇ ਸਮਾਜ ਦੀ, ਆਪਣੀ ਸਟੇਟ ਵਾਸਤੇ ਬੋਲਣ ਵਾਸਤੇ, ਕਿ ਮਾਨ ਸਾਹਿਬ ਤੋਂ ਬਾਅਦ ਬੰਦਾ ਸਾਡੇ ਕੋਲ ਬਿਲਾਸਪੁਰ ਮੈਂਬਰ ਸੀਗੇ, ਪਰ ਮਾਨ ਸਾਹਿਬ ਜਿਵੇਂ ਜਿਹਨਾਂ ਗੜ ਕੇ ਬੋਲਦੇ ਸੀਗੇ, ਉਹ ਅੱਜ ਮੈਨੂੰ ਲੱਗ ਰਿਹਾ ਕਿ ਰਿੰਕੂ ਜੀ ਵਿੱਚ ਉਹ ਤਾਕਤ ਹੈ, ਰਿੰਕੂ ਜੀ ਵਿੱਚ ਉਹ ਜਜ਼ਬਾ ਹੈ, ਕਿ ਕਿਤੇ ਨਾ ਕਿਤੇ ਜੋ ਅਨੁਰਾਗ ਸਿੰਘ ਦੀ ਗੱਲ ਕਰਦੇ ਹੋ, ਨੈਚੁਰਲੀ ਕਿਤੇ ਨਾ ਕਿਤੇ ਪਾਰਟੀ ਹਿੱਤ ਵਾਸਤੇ, ਪਬਲਿਕ ਹਿੱਤ ਵਾਸਤੇ ਉਹਨਾਂ ਨੇ ਐਕਸੈਪਟ ਕਰਿਆ ਉਹਨਾਂ ਨੂੰ। ਅੱਛਾ, ਤੁਹਾਨੂੰ ਲੱਗਦਾ ਕਿ ਮਾਨ ਸਾਹਿਬ ਦੀ ਜਿਹੜੀ ਛਵੀ ਆ ਉਹ ਰਿੰਕੂ ਦੀ ਛਵੀ ਆ? ਮੈਂ ਬਰਾਬਰੀ ਤਾਂ ਨਹੀਂ ਕਰ ਸਕਦਾ, ਪਰ ਇਹ ਹੈ ਕਿ ਹਰ ਬੰਦੇ ਦਾ ਆਪਣਾ ਆਪਣਾ ਸਟੈਮਿਨਾ ਹੁੰਦਾ, ਮੈਨੂੰ ਅੱਛਾ ਸਟੈਮਿਨਾ ਲੱਗਿਆ ਰਿੰਕੂ ਜੀ, ਮੈਂ ਕੱਲ੍ਹ ਮਿਲਿਆ ਉਹਨਾਂ ਨੂੰ 2-4 ਵਾਰੀ ਪਹਿਲਾਂ ਵੀ ਮਿਲਿਆ, ਅੱਛੀ ਬੋਲਬਾਣੀ ਦੀ ਆ, ਅੱਛੇ ਸੰਸਕਾਰ ਵਾਲੇ ਆ, ਔਰ ਸ਼ਹਿਰ ਦੇ ਵਿੱਚ ਉਹਨਾਂ ਦਾ ਨਾਮ ਵੀ ਹੈ, ਔਰ ਮੈਂ ਚਾਹੁੰਦਾ ਕਿ ਇਹੋ ਜਿਹੇ ਬੰਦੇ ਜੇ ਅੱਗੇ ਚੱਲ ਕੇ ਦੇਸ਼ ਸੇਵਾ ਕਰਨਾ ਚਾਹੁੰਦੇ ਤਾਂ ਕਰਨੀ ਚਾਹੀਦੀ ਆ। ਠੀਕ ਹੈ। ਅੱਛਾ, 4 ਕੁਆਲਿਟੀ ਕੋਈ ਤੁਸੀਂ ਸਰਵੇ ਕਰਾਇਆ ਸੁਸ਼ੀਲ ਰਿੰਕੂ ਦੀਆਂ, 4 ਕੁਆਲਿਟੀਆਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਤੁਸੀਂ ਸਰਵੇ ਤੋਂ ਬਾਅਦ ਇਹ ਦੇਖੀਆਂ ਚੀਜ਼ਾਂ ਪਾਰਟੀ ਨੂੰ ਦੱਸਿਆ? ਸਭ ਤੋਂ ਵੱਡੀ ਕੁਆਲਿਟੀ ਤਾਂ ਉਹਨਾਂ ਦੀ ਇਹ ਹੈ ਕਿ ਬਿਲਕੁਲ ਥਰਮੇ ਵਾਲੇ ਆ, ਇੱਕ ਅੱਛੀ ਸੋਚ ਦਾ ਮਾਲਕ ਹੈ, ਇੱਕ ਵਿਜ਼ਨ ਆ ਉਹਨਾਂ ਦੇ ਕੋਲ, ਇੱਕ ਵਿਜ਼ਨ ਹੁੰਦਾ ਕਿ ਇੱਕ ਸੋਚ ਹੁੰਦੀ ਹੈ ਕਿ ਮੈਂ ਇਹ ਨਹੀਂ ਕਰਨਾ, ਆਹ ਨਹੀਂ ਕਰਨਾ। ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਵਾਸਤੇ ਕਿਸੇ ਮੈਟਰ 'ਤੇ ਵੀ, ਉਹਨਾਂ ਨੇ ਕੱਲ੍ਹ ਵੀ ਬੋਲਦਿਆਂ ਕਿਹਾ ਕਿ ਜਿਸ ਦਿਨ ਮੇਰੀ ਮੀਟਿੰਗ ਹੋਈ ਹੈ, ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਜ਼ਨ ਹੈ, ਏਮ ਹੈ, ਉਹ ਮੈਨੂੰ ਅੱਛਾ ਲੱਗਿਆ। ਜੇ ਕੋਈ ਬੰਦਾ ਕੋਈ ਚੀਜ਼ ਨੂੰ ਅਸੈਪਟ ਕਰਦਾ ਹੈ, ਇਹਦਾ ਮਤਲਬ ਸਮੁੰਦਰ ਹੈ, ਉਹਦੇ ਵਿੱਚ ਸਾਰੀਆਂ ਖੂਬੀਆਂ ਨੇ। ਹੁਣ ਜੇ ਮੈਂ ਜਾ ਕੇ ਆਪਣੀਆਂ ਖਾਮੀਆਂ, ਆਪਣੀਆਂ ਅੱਛਾਈਆਂ ਦੱਸਾਂ, ਦੂਸਰੀਆਂ ਦੀਆਂ ਕਮੀਆਂ ਉਜਾਗਰ ਕਰਾਂ, ਤਾਂ ਮੈਂ ਲੀਡਰ ਨਹੀਂ ਹਾਂ, ਮੈਂ ਉਹਨੂੰ ਜਾ ਕੇ ਅਸੈਪਟ ਕਰਾਂ। ਉਹਨਾਂ ਨੇ ਸਭ ਤੋਂ ਵੱਡੀ ਇੱਕ ਗੱਲ 'ਚ ਮੁਕਾਤਾ ਕਿ ਆਮ ਆਦਮੀ ਪਾਰਟੀ ਦੀ ਸੋਚ, ਆਮ ਆਦਮੀ ਪਾਰਟੀ ਲੋਕ ਹਿੱਤ ਵਾਸਤੇ ਹੈ, ਮੈਂ ਉਹਦੇ ਨਾਲ ਸਹਿਮਤ ਹਾਂ, ਮੈਂ ਉਹਨੂੰ ਅਸੈਪਟ ਕਰਦਾ, ਮੈਂ ਜੁਆਇਨ ਕਰਦਾ। ਇਹ ਸਭ ਤੋਂ ਵੱਡੀ ਉਹਨਾਂ ਦੀ ਖੂਬੀ ਹੈ, ਜਿਹੜੀ ਮੈਨੂੰ ਖੂਬੀ ਉਹਨਾਂ 'ਚ ਲੱਗੀ ਹੈ, ਉਹਨਾਂ ਦਾ ਕੰਮ ਕਰਦਾ ਜਜ਼ਬਾ,
ਬੋਲਣ ਦਾ ਜਜ਼ਬਾ, ਪਬਲਿਕ ਦੇ ਵਿੱਚ ਵਿਚਰਨਾ ਦਾ ਜਜ਼ਬਾ, ਜਿਹੜੀ ਰਾਜੋਂ ਦੇ ਦੂਸਰੇ ਕੈਂਡੀਡੇਟ ਸਾਡੇ ਕਾਂਗਰਸ ਦੇ ਨੇ, ਆਪਣਾ ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਬਾਰੇ ਉਹਨਾਂ ਨੇ ਕਲੀਅਰ ਕਿਹਾ ਮੇਰੇ ਭਾਈ ਨੇ ਛੋਟੇ। ਠੀਕ, ਤੀਸਰੀ ਜਜ਼ਬਾ ਤਾਂ ਹੋ ਗਿਆ, ਉਹ ਪਬਲਿਕ ਦੱਸੇਗੀ, ਤੁਹਾਡੇ ਸਾਹਮਣੇ ਆ ਜਾਣਾ ਰਿਜ਼ਲਟ। ਮੈਂ ਕਿਹਾ ਜਿਹੜਾ ਬੰਦਾ ਇੱਕ ਦੂਸਰੇ ਨੂੰ ਅਸੈਪਟ ਕਰਦਾ ਨਾ, ਉਹਦੇ ਵਿੱਚ ਸਾਰੀਆਂ ਹੀ ਗੱਲਾਂ ਆ ਜਾਂਦੀਆਂ ਨੇ ਜੀ। ਨਰਮਤਾ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਬੰਦੇ ਕੋਲ ਕਪੈਸਿਟੀ ਆ ਸੁਣਨ ਦੀ, ਜਿਸ ਬੰਦੇ ਕੋਲ ਕਪੈਸਿਟੀ ਆ ਸੁਣਨ ਦੀ, ਪਬਲਿਕ ਦੇ ਵਿੱਚ ਵਿਚਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ। ਜੇ ਪਬਲਿਕ ਨੂੰ ਤੁਸੀਂ ਅਸੈਪਟ ਕਰ ਲੈਂਦੇ ਹੋ, ਪਬਲਿਕ ਦੀਆਂ ਗੱਲਾਂ ਸੁਣ ਲੈਂਦੇ ਹੋ, ਇਹ ਤੋਂ ਬਦਲ ਤੁਸੀਂ ਕਾਮਯਾਬ ਹੋ ਜੀ। ਅੱਛਾ, ਬੜੇ ਸਾਰੇ ਸਵਾਲ ਜਵਾਬ ਤੁਸੀਂ ਕਰ ਲਿਆ, ਇਸ ਚੋਣ ਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਚੋਣ ਜਿਹੜੀ ਹੈ 24 ਦੀਆਂ ਇਲੈਕਸ਼ਨਸ ਆ ਰਹੀਆਂ, ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਇਮੇਜ ਨੂੰ ਤੈਅ ਕਰੇਗੀ? ਦੇਖੋ, ਤੁਹਾਡੀ ਗੱਲ ਵਾਜਬ ਵੀ ਹੈ ਕਿ ਇਸ ਦੇ ਵਿੱਚ ਬਹੁਤ ਵੱਡਾ ਰਿਜ਼ਲਟ ਸਾਹਮਣੇ ਆਉਣਾ, ਕਿਉਂਕਿ ਪੰਜਾਬ ਦੇ ਵਿੱਚ ਸਾਡੀਆਂ ਕਈ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਆਪਣਾ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਨੇ ਜੀ, ਉਹਦੇ ਵਿੱਚ ਵੀ ਪਲੱਸ ਆਉਣ ਵਾਲੇ ਜਿਹੜੇ 24 ਦੇ ਇਲੈਕਸ਼ਨ, 24 ਦੇ ਵਿੱਚ ਵੀ ਇੱਕ ਸਾਲ ਬਾਅਦ ਇਲੈਕਸ਼ਨ, ਉਹ ਵੀ ਆ ਜਾਣੇ ਆ। ਪਰ ਕਿਤੇ ਨਾ ਕਿਤੇ ਇਹ ਇਲੈਕਸ਼ਨ ਜਿਹੜਾ ਹੈ ਇੱਕ ਅਲੱਗ ਤਰ੍ਹਾਂ ਦਾ ਇਲੈਕਸ਼ਨ ਹੋਏਗਾ, ਇਹਦੇ ਰਿਜ਼ਲਟ ਤੁਸੀਂ ਦੇਖਣ ਯੋਗ ਹੋਣਗੇ, ਤੁਸੀਂ ਦੇਖੋਗੇ ਕਿ ਰਿਜ਼ਲਟ ਕਿਸ ਤਰ੍ਹਾਂ ਦੇ ਆਏ ਆ, ਪਬਲਿਕ ਕੀ ਮਨ ਬਣਾ ਕੇ ਬੈਠੀ ਹੈ, ਪਬਲਿਕ ਇਹ ਮਨ ਬਣਾ ਕੇ ਬੈਠੀ ਹੈ ਕਿ ਪੰਜਾਬ ਦੇ ਵਿੱਚ ਜੋ ਸਾਲ ਦੇ ਵਿੱਚ ਸਾਡੀਆਂ ਗਰੰਟੀਆਂ, ਸਾਡੀਆਂ ਕੀਤੇ ਵਾਅਦੇ, ਦੇਖੋ ਰਵਾਇਤੀ ਪਾਰਟੀਆਂ ਰਹੀਆਂ 5-5 ਸਾਲ, ਮੈਂ ਪਹਿਲੇ ਵੀ ਜ਼ਿਕਰ ਕੀਤਾ, 5 ਸਾਲ ਉਹਨਾਂ ਨੇ ਕਰ ਲਿਆ, 5 ਸਾਲ ਉਹਨਾਂ ਨੇ ਕਰ ਲਿਆ, ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਸਾਲ ਦੇ ਵਿੱਚ ਜੋ ਲੋਕਾਂ ਨੇ ਸੇਵਾ ਬਖਸ਼ੀ ਸੀ, ਚਾਹੇ ਬਿਜਲੀ ਦੀ ਗਰੰਟੀ ਸੀ, ਅੱਜ 88% ਮੇਰੇ ਹਲਕੇ ਦੇ ਬਿੱਲ ਜ਼ੀਰੋ ਆ ਰਹੇ ਆ ਜੀ। ਮੇਰਾ ਨੌਰਥ ਸਰਕਾ ਲੁਧਿਆਣੇ ਦੇ ਵਿੱਚ 88% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ। ਜੇ ਆਪਾਂ ਹੈਲਥ ਸੇਵਾ ਦੀ ਗੱਲ ਕਰ ਲਈਏ, ਅੱਜ ਮੇਰੇ ਕੋਲ 7 ਮਹਿਲਾ ਕਲੀਨਿਕ ਨੇ, ਔਰ 7 ਦੇ ਵਿੱਚ 200 ਤੋਂ 300 ਦੇ ਦਰਮਿਆਨ ਰੋਜ਼ ਡੇਲੀ ਪਰਿਵਾਰ ਦਵਾਈ ਲੈ ਰਹੇ ਆ, ਟੈਸਟ ਕਰਵਾ ਰਹੇ ਆ, ਮੈਡੀਸਨ ਫ੍ਰੀ ਲੈ ਰਹੇ ਆ। ਮਤਲਬ ਕਿ 200 ਤੋਂ ਲੈ ਕੇ 300 ਤੱਕ ਪਰਿਵਾਰ ਡੇਲੀ ਦਵਾਈ ਉੱਥੋਂ ਲੈ ਰਿਹਾ 7 ਮਹਿਲਾ ਕਲੀਨਿਕ ਤੋਂ, ਹੋਰ 2-4 ਹੋਰ ਵੀ ਖੁੱਲ੍ਹ ਜਾਣਗੇ 2-4 ਦਿਨ ਦੇ ਵਿੱਚ। ਪਰ ਕਹਿਣ ਦਾ ਭਾਵ ਇਹ ਕਿ ਜਿਹੜੀਆਂ ਸਾਡੀਆਂ ਗਰੰਟੀਆਂ ਸੀਗੀਆਂ, ਅਸੀਂ ਪਹਿਲੇ ਸਾਲ ਪਹਿਲੇ ਮਹੀਨੇ 'ਚ ਪੂਰੀਆਂ ਕਰਤੀਆਂ। ਅਸੀਂ ਰੁਜ਼ਗਾਰ ਵਾਲੇ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਨੌਕਰੀ ਦੇਵਾਂਗੇ, 36,000 ਨੌਕਰੀ ਕੱਚੇ ਤੋਂ, ਕੁਛ ਕੱਚਿਆਂ ਨਹੀਂ, ਮੈਂ ਕੱਚਿਆਂ ਤੋਂ ਪੱਕੇ ਕਰਨ ਦੀ ਗੱਲ ਕਰਦਾ। ਤਕਰੀਬਨ ਮੇਰੀ ਕਾਰਪੋਰੇਸ਼ਨ ਲੁਧਿਆਣੇ ਦੇ ਵਿੱਚ, ਮੇਰੀ ਕਾਰਪੋਰੇਸ਼ਨ ਲੁਧਿਆਣੇ ਵਿੱਚ 2600 ਮੁਲਾਜ਼ਮ ਪੱਕਾ ਕਰਿਆ ਕਾਰਪੋਰੇਸ਼ਨ ਦੇ ਵਿੱਚ, ਅਸੀਂ 2 ਮਹੀਨੇ ਪਹਿਲਾਂ ਲੈਟਰਾਂ ਦਿੱਤੀਆਂ ਨੇ। ਮਤਲਬ ਕਹਿੰਦੀ ਸਰਕਾਰ ਨੇ ਪਹਿਲੇ ਹੀ ਮਹੀਨੇ ਜਿਹੜੇ ਕੰਮ ਕੀਤੇ ਨਾ, ਉਹ ਇਹ ਸਰਕਾਰਾਂ ਆਖਰੀ ਸਾਲ 'ਚ ਕਰਦੀਆਂ ਸੀਗੀਆਂ। ਅੱਛਾ ਬੱਗਾ ਸਾਹਿਬ, ਮੈਂ ਕਿਹਾ ਜੇ ਸਾਡੀਆਂ ਇਸ ਜਿਹੜੀ ਕਨਵਰਸੇਸ਼ਨ ਆ, ਔਰਤਾਂ ਵੀ ਸੁਣਦੀਆਂ ਹੋਣੀਆਂ, ਹਜ਼ਾਰ ਰੁਪਏ ਨੂੰ ਉਡੀਕਦੀਆਂ, ਉਹ ਕਦੋਂ ਤੱਕ? ਹਾਂ, ਉਹ ਵੀ ਆਏਗਾ ਤੁਹਾਡੇ ਸਾਹਮਣੇ। ਅਸੀਂ ਕੋਈ ਬੰਦ ਨਹੀਂ ਕਰ ਦਿੱਤਾ, ਪਬਲਿਕ ਨੂੰ ਕਹਿ ਕੇ ਅਸੀਂ ਦੁਨੀਆ ਦੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਰਿਜ਼ਲਟ ਕਰਕੇ ਆਏ ਸੀ ਕਿ 1,000 ਰੁਪਇਆ ਗਰੰਟੀ ਦੇਵਾਂਗੇ, ਔਰ ਸਾਡੀ ਗਰੰਟੀ 201% ਤੁਹਾਡੇ ਸਾਹਮਣੇ ਆਏਗੀ, ਔਰ ਬਿਲਕੁਲ ਦੇਵਾਂਗੇ। ਬਿਜਲੀ ਦਾ ਕਿਹਾ ਸੀਗਾ, ਬਿਜਲੀ ਦਿੱਤੀ, ਮੈਂ ਕਹਿ ਰਿਹਾ 88% ਮੇਰੇ ਹਲਕੇ ਦੇ ਬਿੱਲ ਜ਼ੀਰੋ ਆ ਰਹੇ ਆ। ਪਾਣੀ 100% ਕਿਹਾ ਸੀ, 100% ਹੀ ਪਾਣੀ ਪੈ ਰਿਹਾ। ਮਤਲਬ ਕਹਿੰਦਾ ਕਿ ਸਾਡੀਆਂ ਜਿੰਨੀਆਂ ਵੀ ਗਰੰਟੀਆਂ ਨੇ, ਹੈਲਥ ਸੇਵਾਵਾਂ ਨੇ, ਸਾਡੇ ਮਹਿਲਾ ਕਲੀਨਿਕ 500 ਕਿੰਨੇ ਮਹਿਲਾ ਕਲੀਨਿਕ ਖੋਲਦੇ, ਮਹਿਲਾ ਕਲੀਨਿਕ ਬਹੁਤ ਸੋਹਣੀ ਅਪਰੋਚ ਆ। ਐਜੂਕੇਸ਼ਨ ਲਾ ਲਓ, ਸਾਡੇ ਹਰ ਹਲਕੇ ਦੇ ਵਿੱਚ ਸਮਾਰਟ ਸਕੂਲ ਬਣ ਰਿਹਾ। ਅੱਜ ਮੇਰੇ ਹਲਕੇ ਚੱਲ ਜਾਓ, ਮੇਰੇ ਹਲਕੇ 'ਚ ਪ੍ਰਾਈਵੇਟ ਸਕੂਲਾਂ ਨਾਲ ਵਧੀਆ ਸਕੂਲ ਬਣ ਰਿਹਾ ਸੇਖਿਆਲ ਦੇ ਵਿੱਚ। ਮਤਲਬ ਕਹਿੰਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਅਸੀਂ ਪਹਿਲੇ ਮਹੀਨੇ 'ਚ ਹੀ ਕਰ ਦਿੱਤੀਆਂ ਨੇ। ਸਰਕਾਰ ਇੱਕ ਪਬਲਿਕ ਦੇ ਦੁਆਰ ਖੜੀ ਹੈ, ਪਬਲਿਕ ਦੀਆਂ ਜੋ ਸੋਚਦੇ ਉਮੀਦਾਂ ਨੇ ਉੱਥੇ ਖਰਾ ਉਤਰੀ ਕੋਸ਼ਿਸ਼ ਕਰ ਰਹੀ ਹੈ, ਪਰ ਜਿਹੜੇ ਬਾਹਰ ਬੈਠੇ ਨੇ ਲੋਕਾਂ ਦੇ ਨਕਾਰੇ ਹੋਏ, ਉਹਨਾਂ ਕੋਲ ਹੋਰ ਬੋਲਣ ਨੂੰ ਕੁਛ ਨਹੀਂ, ਇੱਕ ਡਫਲੀ ਵਜਾ ਰਹੇ ਆ, ਉਹ ਡਫਲੀ ਵਜਾਈ ਜਾਣੀ ਹੈ। ਪਰ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਮਾਤਾਵਾਂ ਭੈਣਾਂ ਨੂੰ ਗਰੰਟੀ ਦੇਣਾ ਚਾਹੁੰਦਾ ਕਿ ਗਰੰਟੀ ਹੈ 201% ਸਾਡੇ ਕੇਜਰੀਵਾਲ ਸਾਹਿਬ ਦੀ, ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਦੀ, 1,000 ਰੁਪਇਆ ਦੇਵਾਂਗੇ, ਬਿਲਕੁਲ ਦੇਵਾਂਗੇ। ਇਹ ਤੁਹਾਡਾ ਸ਼ਾਇਦ ਹੋ ਸਕਦਾ ਇਸੇ ਸਾਲ ਦੇ ਲਾਸਟ ਵੀ ਤੁਹਾਡੇ ਸਾਡੀਆਂ ਮਾਤਾਵਾਂ ਬਣੇ, 3 ਸਾਲ ਨਹੀਂ, ਆਹ ਸਾਲ ਦਾ ਲਾਸਟ ਹੀ ਹੋਏਗਾ ਨਾ ਜੀ। ਇਸ ਸਾਲ ਦੇ ਲਾਸਟ ਕਰਾਂਗੇ, ਕੁਛ ਨਾ ਕੁਛ ਉਹਨਾਂ ਵਾਸਤੇ ਕਰਾਂਗੇ। ਲਾਜ਼ਮੀ ਤੁਹਾਨੂੰ ਹਾਲੇ ਸਾਲ ਕੁ ਵੇਟ ਕਰਨਾ ਪੈਣਾ ਜੇ ਤੁਸੀਂ ਸਾਡੀ ਇੰਟਰਵਿਊ ਦੇਖ ਰਹੇ ਹੋ। ਇੱਕ ਆਖਰੀ ਸਵਾਲ ਪੁੱਛੂਗਾ,
ਆਮ ਆਦਮੀ ਪਾਰਟੀ ਨੂੰ ਬਹੁਤ ਸਟਰਗਲ ਕਰਨਾ ਪਿਆ ਚਿਹਰੇ ਦੇ ਲਈ ਜਲੰਧਰ ਦੇ ਵਿੱਚੋਂ, ਸਹੀ ਹੈ ਕਿ ਗਲਤ? ਨਹੀਂ, ਸਟਰਗਲ ਨਹੀਂ ਕਰਨਾ ਪਿਆ। ਮੈਂ ਤੁਹਾਨੂੰ ਅੱਗੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਛਵੀ ਪਾਲਦੀ ਹੈ, ਸਰਵੇ ਕਰੀ। ਆਮ ਆਦਮੀ ਪਾਰਟੀ ਸਰਵੇ ਮੀਨਸ ਜਦੋਂ ਕਿਸੇ ਬੰਦੇ ਦਾ ਨਾਮ ਆਉਂਦਾ ਆਪਾਂ ਚਾਰ ਨਾਮ ਚੂਜ਼ ਕਰ ਲੈਂਦੇ ਹਾਂ, ਚਾਰ ਨਾਮਾਂ ਦੇ ਵਿੱਚੋਂ ਅਸੀਂ ਸਰਵੇ ਕਰਵਾਉਣਾ ਹੈ। ਸਰਵੇ ਰਿਸਰਚ ਨਹੀਂ, ਸਰਵੇ ਸਰਵੇ ਦੇ ਮੀਨਸ ਹੁੰਦਾ ਅਸੀਂ ਪਬਲਿਕ ਕੋਲ ਜਾਂਦੇ ਹਾਂ, ਸਾਡੀਆਂ ਟੀਮਾਂ ਨੇ ਉਹ ਜਾ ਕੇ ਪੁੱਛਦੀਆਂ ਨੇ ਵੀ ਤੁਹਾਨੂੰ ਕੈਂਡੀਡੇਟ ਅੱਛਾ, ਤੁਸੀਂ ਕਿੱਥੋਂ ਖੁਸ਼ ਹੋ, ਉਹਦੇ ਬੰਦੇ ਦੀ ਕੀ ਬੈਕਗਰਾਉਂਡ ਹੈ, ਇਹ ਸਰਵੇ ਦੇ ਵਿੱਚ ਬਹੁਤ ਕੁਛ ਆ ਜਾਂਦਾ ਜੀ। ਹਾਂਜੀ, ਵਾਕਈ ਇਹ ਤਾਂ ਸਮਾਂ ਦੱਸੇਗਾ ਕਿਉਂਕਿ ਮਈ ਵੀ ਆ ਰਹੀ ਹੈ ਅਤੇ ਇਲੈਕਸ਼ਨ ਵੀ ਆ ਰਿਹਾ ਅਤੇ ਰਿਜ਼ਲਟ ਵੀ ਆਉਣਾ ਕਿ ਕਿਹੜੀ ਪਾਰਟੀ ਇਹ ਬਾਏ ਇਲੈਕਸ਼ਨ ਜਿਹੜੇ ਜਲੰਧਰ ਜ਼ਿਮਨੀ ਚੋਣਾਂ ਜਿਹਨੂੰ ਕਹਿੰਦੇ ਅਸੀਂ ਉਹ ਜਿੱਤਦੀ ਹੈ, ਕਿਉਂਕਿ ਬਹੁਤ ਕੁਛ ਤੈਅ ਹੁੰਦਾ ਜਦੋਂ ਸੱਤਾ ਪਾਰਟੀ ਜਿੱਤਦੀ ਹੈ ਜਾਂ ਸੱਤਾ ਪਾਰਟੀ ਜਿਹੜੀ ਹੈ ਕੁਛ ਕਰ ਦਿਖਾਉਂਦੀ ਹੈ। ਬਹੁਤ ਬਹੁਤ ਸ਼ੁਕਰੀਆ ਮਦਨ ਲਾਲ ਜੀ ਸਾਡੇ ਨਾਲ ਗੱਲ ਕਰਨ ਲਈ। ਸਤਿ ਸ਼੍ਰੀ ਅਕਾਲ।